ਜੇ ਸੁਹਾਣਾ ਟਾਈਮ ਲਾਇਆ ਈ ਪੁੱਤ। ਹੋਰ ਬੇਬੇ ਤਾਈ ਨੇ ਬਿਠਾ ਲਿਆ, ਮੈਂ ਕਹਿੰਦੀ ਚਾਹ ਪੀ ਲਾ, ਨਾਲੇ ਮੈਂ ਸੂਟ ਦੇਖਣ ਲੱਗ ਗਈ। ਤਾਇਆ ਲੈ ਕੇ ਆਇਆ ਸੀ ਪੰਮੀ ਵਾਸਤੇ ਕੱਲ, ਅੱਛਾ ਕਹਿੰਦੀ ਕਿ ਜਨਮ ਦਿਨ ਤੇ ਸੂਟ ਲਿਆ ਕੇ ਦਿੱਤਾ। ਅੱਛਾ ਸੋਹਣੇ ਸੀ, ਹਾਂ ਬਾਲੇ ਸੋਹਣੇ ਸੂਟ ਸੀ, ਚੱਲ ਵਧੀਆ ਪੁੱਤ। ਤਾਂ ਹੀ ਟਾਈਮ ਲੱਗ ਗਿਆ ਦੇਖਣ ਲੱਗ ਗਈ ਮੈਂ। ਅੱਛਾ, ਬੇਬੇ ਤੈਨੂੰ ਇੱਕ ਗੱਲ ਦੱਸਾਂ, ਪੰਮੀ ਤੇ ਤਾਏ ਦਾ ਪਿਆਰ ਦੇਖ ਕੇ ਮੈਨੂੰ ਬਾਪੂ ਦੀ ਯਾਦ ਆ ਗਈ। ਚੱਲ ਕੋਈ ਗੱਲ ਨੀ ਪੁੱਤ, ਤੂੰ ਐ ਮਨ ਛੋਟਾ ਨਾ ਕਰ, ਤੈਨੂੰ ਮੈਂ ਕਿਸੇ ਚੀਜ਼ ਦੀ ਕਦੇ ਕਮੀ ਆਉਣ ਦਿੱਤੀ ਐ? ਕਮੀ ਤਾਂ ਬੇਬੇ ਤੁਸੀਂ ਕੋਈ ਨਹੀਂ ਆਉਣ ਦਿੱਤੀ ਮੈਨੂੰ ਕਦੇ, ਪਰ ਫਿਰ ਵੀ ਬਾਪੂ ਦੀ ਘਾਟ ਤਾਂ ਮੈਨੂੰ ਰੜਕਦੀ ਆ। ਕੋਈ ਨਾ ਪੁੱਤ, ਕੋਈ ਗੱਲ ਨੀ, ਮੈਂ ਹੈਗੀ ਆ। ਕੋਈ ਗੱਲ ਨੀ ਪੁੱਤ, ਤੂੰ ਚੁੱਪ ਕਰ, ਜੇ ਤੈਨੂੰ ਕਿਸੇ ਚੀਜ਼ ਦੀ ਲੋੜ ਆ ਮੈਂ ਮੰਗਾ ਦੂ ਕੁਲਦੀਪ ਤੋਂ। ਤੂੰ ਇੰਨਾ ਮਨ ਛੋਟਾ ਨਾ ਕਰ ਪੁੱਤ, ਨਾ ਮੇਰੀ ਧੀ। ਕਮੀ ਤਾਂ ਬੇਬੇ ਕਾਸੀ ਚੀਜ਼ ਦੀ ਨਹੀਂ ਆਉਣ ਦਿੱਤੀ ਤੁਸੀਂ ਮੈਨੂੰ, ਬਾਈ ਤੇ ਤੂੰ ਮੇਰਾ ਬਹੁਤ ਕਰਦੇ ਹੋ, ਬਸ ਮੇਰਾ ਉਹੀ ਮਨ ਭਰਿਆ। ਬਸ ਕੋਈ ਨੀ ਪੁੱਤ, ਕੋਈ ਨੀ, ਚੱਲ ਪੁੱਤ ਮੈਂ ਦਵਾ ਕੇ ਲਿਆਉਂ ਤੈਨੂੰ ਸੂਟ, ਕਿਹਾ ਜਿਹਾ ਲੈਣਾ। ਚੱਲ ਆਪਾਂ ਮਾਨਸਾ ਚੱਲੀਏ ਮਾਵਾਂ ਧੀਆਂ, ਚੱਲ ਮੇਰੀ ਧੀ। ਹੋਰ ਮਾਂ ਠੀਕ ਹੈ ਪੁੱਤ? ਕਿੱਧਰ ਲੱਗ ਗਿਆ ਸੀ? ਮੈਂ ਤਾਂ ਇੱਧਰ ਹੀ ਭਾਗਿਆ ਸੀ ਮਾੜਾ ਗੇੜਾ ਮਾਰਨਾ, ਇਹ ਤਾਂ ਲੋਈ ਬੜੀ ਚੱਲੀ ਜਾਂਦੀ ਹੈ। ਹੋਰ ਪੁੱਤ ਗਰਮ ਹਵਾ ਹੋ ਗਈ। ਹਾਂ ਗਰਮ ਹੋ ਗਈ। ਹੋਰ ਕੀ ਹੋਇਆ ਇਸ ਦਿਨ ਬਈ? ਕੁਛ ਨਹੀਂ ਹੋਇਆ ਬਈ। ਵੇ ਪੁੱਤ ਤੇਰੇ ਤਾਏ ਕੇ ਘਰੇ ਗਈ ਸੀ। ਅੱਛਾ, ਉੱਥੇ ਪੰਮੀ ਵਾਸਤੇ ਤੇਰੇ ਤਾਇਆ ਲਿਆ ਸੂਟ, ਉਹ ਦੇਖਣ ਲੱਗ ਗਈ, ਆ ਕੇ ਬਸ ਰੋਣ ਲੱਗ ਗਈ, ਕਹਿੰਦੀ ਮੇਰਾ ਬਾਪੂ ਯਾਦ ਆ ਗਿਆ। ਅੱਛਾ ਅੱਛਾ, ਚਲ ਕੋਈ ਗੱਲ ਨੀ, ਸੂਟਾਂ ਦੀ ਕੀ ਗੱਲ ਆ, ਮੈਂ ਦਵਾ ਲਿਆ ਹੁਣ ਤੈਨੂੰ। ਹੋਰ ਰੋਂਦੇ ਨਹੀਂ ਹੁੰਦੇ ਕਾਮ ਲਈ? ਮੈਂ ਕਹੀ ਜਾਂਦੀ ਆ, ਮੈਂ ਜਿਹਾ ਜਿਹਾ ਮਰਜ਼ੀ ਲੈ ਲਈ, ਚੱਲ ਤੂੰ ਹੋ ਤਿਆਰ, ਆਪਾਂ ਚੱਲਦੇ ਆ ਮਾਨਸਾ। ਹਾਂ ਨਾ ਨਾ ਕੋਈ ਗੱਲ ਨੀ, ਸੂਟਾਂ ਦੀ ਕੀ ਗੱਲ ਐ, ਸੂਟ ਜਿੰਨੇ ਮਰਜ਼ੀ ਲੈ ਲੈ। ਲੈ ਇਹ ਕਿਹੜੀ ਗੱਲ ਕਰਤੀ ਤੈ, ਬਾਹ ਨੀ ਤੇਰੇ, ਕੰਮ ਨੀ ਮਾਰਦੇ ਹੁੰਦੇ ਵੀ। ਤੂੰ ਮੇਰੀ ਗੱਲ ਸੁਣ ਬਾਈ, ਨਾਲੇ ਮੈਂ ਤੇਰੇ ਨਾਲ ਕਦੇ ਕੋਈ ਫਰਕ ਰੱਖਿਆ? ਲੋਕਾਂ ਨੂੰ ਤਾਂ ਪਤਾ ਨੀ ਹੈਗਾ ਇਹ ਗੱਲ ਦਾ ਵੀ ਆਪਾਂ ਦੋ ਮਾਵਾਂ ਨੇ, ਮੈਂ ਤੇਰੇ ਨਾਲ ਬਾਈ ਕਦੇ ਫਰਕ ਨੀ ਰੱਖਿਆ ਦੇਖ। ਹੋਰ ਨਾ ਨਾ ਬਾਈ, ਰੱਖਿਆ ਨੀ ਤੇ ਤਾਂ ਕਦੇ ਫਰਕ ਤੋਂ, ਫੇਰ ਬਸ ਉਹੀ ਅੱਜ ਮੇਰਾ ਮਨ ਜਾ ਭਰਿਆ ਹੈ। ਚਲ ਕੋਈ ਨੀ, ਕੋਈ ਗੱਲ। ਬੇਬੇ ਮਨਦੀਪ ਕਿੱਧਰ ਗਈ? ਨਾ ਆਉਂਦੀ ਆ ਪੁੱਤ ਉਹ ਤਾਂ। ਅੱਛਾ ਜਾ ਆਇਆ ਕਰ ਮੇਰੀ ਸਿਆਣੀ ਭੈਣ ਬਣ ਕੇ, ਚਾਹ ਦੀ ਘੁੱਟ ਬਣਾ ਕੇ ਲਿਆ। ਬਣਾ ਲਿਆ ਨੀ ਬਾਈ? ਹੋਰ ਬਣਾ ਭੈਣ ਬਣ ਕੇ। ਹੋਰ ਬਣਾ ਲਿਆਉਗੀ ਬੇਬੇ, ਤੂੰ ਵੀ ਦੇਵੇਂਗੀ? ਪੀ ਲੂੰਗੀ ਪੁੱਤ ਘੁੱਟ ਕਰ। ਹਾਂ ਚੱਲ ਸਾਰਿਆਂ ਨੂੰ ਧਰ ਲੈ ਧਰ ਲੈ ਲੈ ਜਾ ਕੇ ਰਮਾਨਸ, ਬਸ ਵੀ ਨਾ ਲੰਘ ਜੇ। ਮਨਦੀਪ! ਹਾਂ ਬੇਬੇ। ਮੈਂ ਦਵਾਈ ਲਿਆਵਾਂ ਮਾਨਸਾ ਤੋਂ? ਅੱਛਾ ਲਿਆ ਬੇਬੇ, ਕੋਈ ਨਾ, ਹੋਰ ਚਨੀਰ ਬਸ ਆਉਣ ਵਾਲੀ ਹੈ, ਕੋਈ ਨਾ ਕੋਈ ਨਾ ਲਿਆ। ਜੱਸੋ ਮਾਨਸਾ ਜਾਂਦੀ ਆ ਪੁੱਤ ਮੈਂ ਦਵਾਈ ਲੈਣ, ਜੇ ਕੋਈ ਮੈਨੂੰ ਸੂਟ ਪਸੰਦ ਆਇਆ ਨਾ ਮੈਂ ਲੈ ਆਉਂਗੀ ਪੁੱਤ। ਠੀਕ ਆ ਬੇਬੇ। ਹਾਂ ਹੋਰ ਕਰ ਲੈ ਪੁੱਤ ਕੰਮ ਫਿਰ। ਕੀ ਕਰੀ ਜਾਂਦੀ ਆ ਤੂੰ? ਭਾਬੀ ਮੈਂ ਤਾਂ ਬੇਬੇ ਦੇ ਕਮੀਜ਼ ਦੀ ਤਰਪਾਈ ਜਿੱਦੜੀ ਪਈ ਸੀ ਉਹ ਕਰਦੀ ਸੀ। ਇਹਨੂੰ ਛੱਡ ਦੇ ਤਾਂ ਵਾਧੂ ਦੇ ਕੰਮ ਆ, ਉੱਠ ਕੇ ਨਾ ਕੰਮ ਕਰਾ ਦੇ ਮੇਰੇ ਨਾਲ। ਕੰਮ ਤਾਂ ਭਾਬੀ ਮੈਂ ਸਾਰੇ ਕਰਕੇ ਬੈਠੀ ਸੀ, ਕਿਹੜਾ ਕੰਮ ਰਹਿ ਗਿਆ? ਚੱਲ ਝਾੜੂ ਪੋਚਾ ਤਾਂ ਕਰਤਾ ਮੈਂ, ਮੰਨੀ ਗੱਲ, ਆ ਡੰਗਰਾਂ ਦਾ ਕੌਣ ਕਰੂਗਾ? ਸੰਨੀ ਰਲਾਉਣ ਵਾਲੀ ਪਈ ਆ, ਪਾਣੀ ਪਿਉਣ ਵਾਲਾ ਪਿਆ ਵਾ, ਉਹ ਕੌਣ ਪਿਆਊਗਾ? ਤੇਰਾ ਬਾਈ ਖੇਤੋਂ ਨਹੀਂ ਆਉਂਦਾ ਬੇਬੇ, ਮਾਨਸਾ ਤੁਰ ਗਈ, ਮੈਂ ਥੋੜਾ ਕਰੂੰਗੀ ਸੰਨੀ, ਉੱਠ ਕੇ ਸੰਨੀ ਕਰ ਦੇ ਨਾਲੇ। ਕਰ ਦਿੰਦੀ ਆ ਭਾਬੀ, ਕੋਈ ਨਹੀਂ, ਇੰਨਾ ਰੁੱਖਾ ਕਿਉਂ ਬੋਲਦੀ ਆ ਤੂੰ? ਕਰ ਦਿੰਦੀ ਆ ਫੇਰ, ਕਰ ਲੂੰ ਤਾਂ ਮੈਂ। ਚੱਲ ਕਰ ਲਾ, ਰੁੱਖਾ ਨਹੀਂ ਬੋਲੀ, ਤੈਨੂੰ ਪਿਆਰ ਨਾਲ ਹੀ ਕਿਹਾ। ਹੈ ਭੈਣ ਕਿਵੇਂ ਲੱਗੀ ਪਈ ਆ ਕੱਖ ਪਾਉਣਾ ਜੀ?
ਜੱਸੂ ਭੈਣ ਤੈਨੂੰ ਕਿਹਨੇ ਕਿਹਾ ਕੱਖ ਪਾਉਣ ਨੂੰ? ਬਈ ਮੈਂ ਤਾਂ ਆਪ ਹੀ ਪਾਉਣ ਲੱਗ ਗਈ ਸੀ, ਮੈਂ ਕਿਹਾ ਕਿਤੇ ਤੂੰ ਲੇਟ ਆਵੇਂਗਾ ਖੇਤੋਂ। ਆਉਣਾ ਤਾਂ ਮੈਂ ਲੇਟ ਹੀ ਸੀਗਾ, ਮੇਰਾ ਖਰਾਬ ਹੋ ਗਿਆ ਦੁੱਧ, ਮੈਂ ਦੁੱਧ ਲੈਣ ਆਏ ਸੀਗਾ। ਦੋ ਬੰਦੇ ਕੰਮ ਕਰਦੇ ਨੇ ਉੱਥੇ, ਗਰਮੀ ਬਾਹਲੀ ਹੈ। ਮੈਂ ਲੈਣਾ ਮਨਦੀਪ ਨੇ ਕਿਹਾ ਉਹ ਤੈਨੂੰ ਸ਼ਾਇਦ? ਨਾ ਨਾ ਬਈ, ਭਾਬੀ ਨੇ ਤਾਂ ਕਾਹਨੂੰ ਕਿਹਾ, ਮੈਂ ਆਖਿਆ ਕਿੱਥੇ ਪਾਊਗੀ ਉਹ ਕੱਖ, ਮੈਂ ਹੀ ਪਾ ਦਿੰਦੀ ਹਾਂ। ਬੇਬੇ ਮਾਨਸਾ ਵਗ ਗਈ ਸੀ। ਲੈ ਕਮਾਲ ਹੋ ਗਈ ਤੇਰੇ ਵਾਲੀ ਭੈਣੇ, ਜਾ ਤੂੰ ਅੰਦਰ। ਇਹ ਤਾਂ ਮਾਪੀ ਕੱਖਾਂ ਵੱਖਾਂ ਨਾਲ ਗੇੜਾ ਨੀ ਖਾਣ ਦਿੰਦਾ, ਤੂੰ ਦੂਜੇ ਕੰਮ ਹੀ ਕਰ ਲਿਆ ਕਰ ਘਰ ਦੇ ਮਾੜੇ ਮੋਟੇ। ਗਰਮੀ ਬਾਹਲੀ ਜ਼ਿਆਦਾ ਆ ਭੈਣੇ ਮੇਰੀਏ, ਐਵੇਂ ਬਿਮਾਰ ਹੋ ਜਾਏਗੀ, ਦਵਾਈਆਂ ਖਾਂਦੀ ਫਿਰੇਗੀ ਫਿਰ। ਹਾਂ ਬਈ ਗਰਮੀ ਤਾਂ ਹੈਗੀ ਆ। ਹੋਰ ਹੁਣ ਗਰਮੀ ਤਾਂ ਜੋ ਉੱਥੇ ਸਾਥੋਂ ਖੇਤ ਚ 5 ਮਿੰਟ ਨਾ ਵੱਟ ਘੜੀ ਜਾਇਆ ਕਰੇ, ਇੰਨੀ ਗਰਮੀ, ਫੇਰ ਪਾਣੀ ਫੇਰ ਪਾਣੀ, ਪਾਣੀ ਦੁੱਧ ਖਰਾਬ ਹੋ ਗਿਆ। ਪਾਣੀ ਲਿਆਵਾਂ ਬਈ? ਪਾਣੀ ਲਿਆ ਦੇ ਬਈ। ਲੈ ਬਈ ਪਾਣੀ ਲਿਆ। ਤੁਸੀਂ ਕਦੋਂ ਆਏ ਖੇਤੋਂ? ਹੁਣੀ ਆਇਆ ਮੈਂ ਤਾਂ। ਅੱਛਾ, ਫੋਨ ਫਾਨ ਵੀ ਨਹੀਂ ਕੀਤਾ? ਫੋਨ ਕੀ ਕਰਨਾ, ਦੁੱਧ ਖਰਾਬ ਹੋ ਗਿਆ, ਹੁਣ ਤਾਂ ਹੈਗੀ ਨਹੀਂ, ਫਿਰ ਦੁੱਧ ਲੈ ਕੇ ਜਾਣਾ ਪਊਗਾ। ਹਾਂ ਗਰਮੀ ਵੀ ਬਹੁਤ ਆ, ਦੁੱਧ ਦਾ ਕੀ ਜ਼ੋਰ। ਹੋਰ ਚਾਹ ਚੂ ਕਰਨੀ ਸੀ ਉਹਨਾਂ ਨੂੰ। ਹੋਰ ਮੈਂ ਤਾਂ ਇਹ ਗੱਲ ਦੀ, ਮਾਂ ਤੂੰ ਦੇਖ ਲਾ ਨੀ ਮਾੜਾ ਮੋਟਾ ਗੌਰ ਤਾਂ ਕਰ ਲਿਆ ਕਰ, ਜੱਸੂ ਲੱਗੀ ਪਈ ਆ ਕੱਲੀ ਕੱਖ ਪਾਉਣ। ਅੱਛਾ ਮੈਨੂੰ ਨੀ ਪਤਾ ਫਿਰ। ਹੋਰ ਹੁਣ ਮੈਨੂੰ ਤਾਂ ਜਮੇ ਨੀ ਪਤਾ, ਮੈਂ ਤਾਂ ਪਈ ਸੀ ਅੰਦਰ। ਮੈਂ ਹਟਾਈ ਆ, ਮਾਂ ਕਮਲੀਏ ਬਿਮਾਰ ਹੋ ਜਾਏਗੀ। ਕੋਈ ਨਾ ਮੈਂ ਰੱਖਿਆ ਕਰੂੰ ਧਿਆਨ, ਮੇਰੀ ਨਿਗਾਹ ਹੀ ਨਹੀਂ ਪਈ ਉਧਰ। ਮਨਦੀਪ ਉਹ ਤਾਂ ਮੈਂ ਤੇਰੀ ਗੱਲ ਮੰਨਦਾ ਵੀ ਮੈਂ ਪਈ ਸੀ, ਮਾੜਾ ਮੋਟਾ ਧਿਆਨ ਰੱਖਿਆ ਕਰ ਕੁੜੀ ਦਾ ਆਪਣੀ ਦਾ। ਬੇਬੇ ਮਾਨਸਾ ਗਈ ਹੋਈ ਐ ਹੈਂ, ਤੈਨੂੰ ਪਤਾ ਅੱਜ ਕੱਲ ਟਾਈਮ ਖਰਾਬ ਐ। ਹੋਰ ਹੁਣ ਅੰਦਰ ਵੜ ਕੇ ਨਾ ਪਿਆ ਕਰਾਂ। ਮੈਨੂੰ ਤਾਂ ਪਤਾ ਹੀ ਲੱਗਿਆ ਕਦੋਂ ਕੱਖ ਪਾਉਣ ਲੱਗ ਗਈ, ਉਹ ਤਾਂ ਮੈਂ ਪੂਰੀ ਗੌਰ ਕਰਦੀ ਹਾਂ ਉਹਦੀ। ਮੈਂ ਤਾਂ ਉਹਨੂੰ ਕੰਮ ਨੂੰ ਵੀ ਨੀ ਕਿਹਾ, ਕਦੇ ਆਪ ਹੀ ਲੱਗ ਜਾਂਦੀ ਐ ਕੰਮ। ਕੰਮ ਨੂੰ ਕਹਿਣਾ ਵੀ ਨੀ ਮਨਦੀਪ ਕਦੇ। ਮਨਦੀਪ ਮੈਂ ਉਹਨੂੰ ਕਦੇ ਇਹ ਮਹਿਸੂਸ ਨੀ ਹੋਣ ਦਿੱਤਾ ਵੀ ਮੈਂ ਇਹਦੀ ਸਕੀ ਭੈਣ ਨੀ ਕੁਲਦੀਪ ਸੀ, ਠੀਕ ਐ। ਮੈਂ ਉਹਨੂੰ ਸਕੀਆਂ ਭੈਣਾਂ ਤੋਂ ਵੱਧ ਸਮਝਦਾ, ਉਹਨੂੰ ਕਦੇ ਇਹ ਮਹਿਸੂਸ ਨਾ ਹੋਵੇ ਵੀ ਮੈਂ ਕੁਲਦੀਪ ਦੀ ਸਕੀ ਭੈਣ ਨੀ ਹੈਗੀ। ਅੱਜ ਤਾਂ ਮੈਂ ਚੱਲ ਤੁਹਾਨੂੰ ਕੁਛ ਨੀ ਕਹਿੰਦਾ, ਅੱਜ ਤਾਂ ਮੈਂ ਬਖਸ਼ਦਾ ਨਾ, ਇਦੋਂ ਮੁੜ ਕੇ ਮੈਨੂੰ ਕੱਖ ਪਾਉਂਦੀ ਨਾ ਉਹ ਦੇਖੇ ਕਦੇ ਵੀ, ਠੀਕ ਆ ਨਾ। ਆਹ ਘਰ ਦਾ ਕੰਮ ਕਰਨਾ ਹੁੰਦਾ ਮਾੜਾ ਮੋਟਾ ਨਿੱਕਾ ਮੋਟਾ ਕਰ ਲਿਆ ਕਰੋ ਰਲ ਕੇ, ਕੋਈ ਗੱਲ ਨੀ। ਤੁਸੀਂ ਆ ਕਿਹੜੀ ਗੱਲ ਕਰਤੀ, ਮੈਂ ਕਿਹੜਾ ਉਹਨੂੰ ਬਗਾਨੀ ਸਮਝਦੀ ਆ, ਆਪ ਹੀ ਲੱਗ ਜਾਂਦੀ ਉਹ ਮੱਝਾਂ ਮੁੱਝਾਂ ਦਾ ਕੰਮ ਕਰਨ। ਮੈਂ ਤਾਂ ਮਾੜਾ ਮੋਟਾ ਨਿੱਕਾ ਮੋਟਾ ਤੇ ਚੱਲ ਕਹਿ ਦਿੰਦੀ ਆ ਵੀ ਘਰ ਦਾ ਕਰਦੇ, ਘਰ ਦੇ ਕੰਮ ਨੂੰ ਵੀ ਮੈਂ ਤਾਂ ਕਹਿ ਦਿੰਦੀ ਆ ਵੀ ਚੱਲ ਬਗਾਨੇ ਘਰ ਜਾਣਾ, ਥੋੜਾ ਬਹੁਤ ਬੱਚਾ ਸਿੱਖ ਜਾਂਦਾ ਆ। ਉਹ ਤਾਂ ਤੇਰੀ ਗੱਲ ਠੀਕ ਆ, ਸਿਆਣੀ ਗੱਲ ਆ, ਮੰਨਦਾ ਮੈਂ। ਮਾੜਾ ਮੋਟਾ ਚੱਲ ਕਰਵਾ ਦਿਆ ਕਰ ਚੁੱਲੇ ਚੌਂਕੇ ਤੇ, ਤਾਂ ਜਵਾਕ ਨੂੰ ਹਿਸਾਬ ਆ ਜਾਂਦਾ, ਸੁਭਾਅ ਪੈ ਵੀ ਜਾਂਦਾ ਕੰਮ ਦਾ ਹੈ। ਕੋਈ ਗੱਲ ਨਹੀਂ ਜੀ, ਮੈਂ ਤੁਹਾਡੀਆਂ ਗੱਲਾਂ ਦਾ ਧਿਆਨ ਰੱਖੂ। ਠੀਕ ਹੈ, ਦੁੱਧ ਫੜਾ ਆਉਂਦੀ ਫਿਰ। ਠੀਕ, ਚੱਲ ਠੀਕ ਹੈ, ਚੰਗਾ ਠੀਕ ਹੈ। ਮਰ ਜਾਣੇ ਨੇ, ਬੱਸ ਡਰਾਈਵਰ ਨੇ ਮੋੜ ਤੇ ਰੋਕੀ, ਮਸਾਈਆਂ ਦਾ ਚੜ ਗਿਆ। ਮਨਦੀਪ ਪਾਣੀ ਲਿਆ ਕੁੜੇ ਗਲਾਸ। ਆ ਗਈ ਬੇਬੇ? ਹਾਂ ਪੁੱਤ ਆ ਗਈ। ਮਿਲ ਗਈ ਸੀ ਦਵਾਈ? ਹਾਂ ਮਿਲ ਗਈ ਸੀ, ਭੀੜ ਤਾਂ ਬਹੁਤ ਸੀ ਡਾਕਟਰ ਦੇ। ਅੱਛਾ, ਹੋਰ ਖਾਸੀ ਭੀੜ ਹੁੰਦੀ ਆ ਸਤਪਾਲ ਡਾਕਟਰ ਦੇ ਤਾਂ। ਹੋਰ ਫਿਰ ਟੈਸਟ ਕਰਾਏ, ਕੈਲਸ਼ੀਅਮ ਦੀਆਂ ਗੋਲੀਆਂ ਦੇ ਪੱਤੇ ਜੇ ਦੇਤੇ। ਆਹੋ ਘਾਟ ਪੈ ਜਾਂਦੀ ਆ ਫਿਰ ਇਸ ਉਮਰ ਕੈਲਸ਼ੀਅਮ ਦੀ। ਹੋਰ ਪੁੱਤ, ਗੋਡੇ ਗੁੱਡੇ ਜੇ ਬਾਹਰੇ ਦੁਖਦੇ ਨੇ, ਗਿੱਟੇ ਦੁਖਦੇ ਨੇ, ਇਹ ਕੱਡੀ ਦਾ ਮਾਸ ਜਾਂ ਵਧੀ ਜਾਂਦਾ ਕਹਿੰਦਾ। ਅੱਛਾ, ਤਾਂ ਹੀ ਤੁਰਿਆ ਨਹੀਂ ਜਾਂਦਾ ਫਿਰ। ਹੋਰ ਪੁੱਤ ਮੈਂ ਇੱਕ ਸੂਟ ਲਿਆਈ ਆ ਤੇਰੇ ਖਾਤਰ ਜਸਪ੍ਰੀਤ। ਲੈ ਬੀਬੀ ਪਾਣੀ ਲਿਆ ਪੁੱਤ।
ਸੂਟ ਹੀ ਬੜਾ ਸੋਹਣਾ ਬੇਬੇ। ਹੋਰ ਮੈਨੂੰ ਸੋਹਣਾ ਲੱਗਿਆ। ਕੱਪੜਾ ਵੀ ਬਹੁਤ ਸੋਹਣਾ ਗਾ। ਮੇਰੇ ਪੈਸੇ ਘੱਟ ਤੇ ਨਹੀਂ, ਇੱਕ ਪੁੱਤ ਤੈਨੂੰ ਲਿਆ ਦਿੰਦੀ ਮੈਂ। ਇੱਕੋ ਹੀ ਲੈ ਕੇ ਆਈ ਆ, ਜਿਹਦੇ ਫੇਰ ਗਈ ਉਹਦੇ ਤੈਨੂੰ ਵੀ ਲਿਆ ਦੂੰਗੀ। ਮੈਂ ਕਿਹਾ ਚੱਲ ਜਸਪ੍ਰੀਤ ਦੇ ਪਾਉਣ ਵਾਲਾ ਸੂਟ ਆ, ਸੂਤੀ ਆ, ਸਿਉਂਕੇ ਪਾ ਲਈ ਪੁੱਤ, ਜਾਣਦੀ ਤਾਂ ਹੈਗੀ ਆ ਤੂੰ। ਹਾਂ, ਜਿਹੜਾ ਕੁਛ ਇਹਦੇ ਤੇ ਲਾਉਣਾ ਹੋਇਆ ਲੈਸ ਲੂਸ, ਉਹ ਇੱਥੋਂ ਹੱਟ ਤੋਂ ਲੈ ਆਵਾਂਗੇ, ਮਿਲ ਜਾਂਦੀ ਆ ਪਿੰਡੋਂ। ਠੀਕ ਆ ਬੇਬੇ। ਹਾਂ ਸੋਹਣਾ ਗਾ ਸੂਟ ਤਾਂ। ਬੀਬੀ ਸੂਟ ਤਾਂ ਇਹ ਮੇਰੇ ਪਾਉਣ ਵਾਲਾ ਆ, ਲਾਲ ਰੰਗ ਤਾਂ ਨਵੀਆਂ ਵੇਹੀਆਂ ਤੇ ਹੁੰਦਾ ਹੈ, ਜਸਪ੍ਰੀਤ ਦੇ ਨੀ ਸੋਹਣਾ ਲੱਗਦਾ ਇਹ ਸੂਟ। ਪੁੱਤ ਮੈਨੂੰ ਤਾਂ ਸੋਹਣਾ ਲੱਗਿਆ ਇਹ, ਪਾ ਹੀ ਲੈਂਦੀਆਂ ਨੇ ਅੱਜ ਕੱਲ ਤਾਂ ਕੁੜੀਆਂ, ਕੋਈ ਨੀ ਵਿਚਾਰ ਕਰਦਾ ਨਾ ਵਿਆਹੀ ਨਾ ਕੁਮਾਰੀ। ਵਿਚਾਰ ਕਿਉਂ ਨੀ ਕਰਦਾ ਬੇਬੇ? ਚੱਲ ਕੋਈ ਗੱਲ ਨੀ ਭਾਬੀ, ਜੇ ਤੈਨੂੰ ਪਸੰਦ ਆ ਤੂੰ ਰੱਖ ਲਾ। ਕੋਈ ਨੀ ਪੁੱਤ, ਤੈਨੂੰ ਹੋਰ ਲਿਆ ਦੂੰਗੀ। ਨਹੀਂ ਬੇਬੇ ਮੈਂ ਆਹੀ ਰੱਖਣਾ ਸੂਟ ਤਾਂ। ਚੱਲ ਰੱਖ ਲੈਣ ਦੇ ਬੇਬੇ, ਕੋਈ ਨੀ ਤੂੰ ਫੇਰ ਲਿਆ ਦੀ ਮੈਂ ਜਿੱਦੇ। ਹੋਰ ਇਹਨੂੰ ਹੋਰ ਲਿਆ ਦੇ ਤਾਂ ਮੈਂ ਹੀ ਰੱਖੂਗੀ। ਕਿਸੇ ਨੂੰ ਟੋਟਾ ਮਾਰ ਕੇ ਬਹਿਗੀ। ਚੱਲ ਕੋਈ ਗੱਲ ਨੀ ਬੇਬੇ। ਪੁੱਤ ਮੈਂ ਤਾਂ ਤੇਰੇ ਵਾਸਤੇ ਲਿਆਈ ਸੀ, ਮੈਨੂੰ ਸੋਹਣਾ ਲੱਗਿਆ ਇਹ। ਕੋਈ ਨੀ ਫਿਰ ਹੋਰ ਲੈ, ਹੋਰ ਕਿਹੜਾ ਸੂਟ ਮੁੱਕ ਗਏ। ਪੁੱਤ ਤੂੰ ਅੱਦੇ ਕਹਿੰਦੀ ਸੀ ਮੇਰੇ ਤਾਏ ਨੇ ਨਾ ਪੰਮੀ ਨੂੰ ਸੂਟ ਲਿਆ ਕੇ ਦਿੱਤਾ, ਮੈਂ ਤਾਂ ਲਿਆਤਾ ਪੁੱਤ, ਤੂੰ ਅੱਦੇ ਚਿੱਤ ਜਾ ਬਾਲੀ ਖਰਾਬ ਕਰ ਲਿਆ ਤੀ। ਚੱਲ ਕੋਈ ਗੱਲ ਨੀ ਬੇਬੇ, ਫੇਰ ਲਿਆ ਨੀ। ਕੋਈ ਗੱਲ ਨੀ ਪੁੱਤ, ਮੈਂ ਤੈਨੂੰ ਇਦੂ ਵੀ ਸੋਹਣਾ ਲਿਆ ਕੇ ਦੇਊਂਗੀ। ਬੇਬੇ ਖਾਣ ਨੂੰ ਨੀ ਲਿਆਈ ਕੁਛ? ਲਿਆਈ ਆ ਪੁੱਤ, ਕੇਲੇ ਲਿਆਈ ਆ। ਲੈ ਆ ਮੇਰੀ ਦਵਾਈ ਹੈਗੀ ਚ, ਖਾ ਲੈ ਪੁੱਤ, ਖਾ ਲਾ। ਇੱਕ ਤੂੰ ਖਾ ਲਾ ਬੇਬੇ। ਕੋਈ ਨੀ, ਆ ਕੁਲਦੀਪ ਵੀ ਆਜੂਗਾ, ਉਹਨੂੰ ਵੀ ਦੇ ਦੂਗਾ। ਚੱਲ ਵਧੀਆ ਨੇ ਬੇਬੇ ਕੇਲੇ ਤਾਂ, ਹਨਾ? ਹਾਂ ਮੋਟੇ ਮੋਟੇ ਨੇ। ਕੀ ਰੇਟ ਦਿੱਤੇ? 50 ਰੁਪਏ ਦਰਜਨ। ਅੱਛਾ, ਹੋਰ ਮੈਂ ਇੱਕ ਲੈ ਲਾ। ਚੱਲ ਭੁੱਖ ਵੀ ਬੜੀ ਲੱਗੀ ਪਈ ਸੀ। ਮਨਦੀਪ ਆਪ ਤੇ ਮੇਰੀ ਦਵਾਈ ਸਾਂਭਦੇ, ਨਾ ਇਹਦੇ ਚ ਕੇਲੇ ਨੇ, ਨਾ ਤਾਂ ਤੂੰ ਖਾ ਲਈ, ਨਾ ਕੁਲਦੀਪ ਨੂੰ ਰੱਖ ਦੇ। ਅੱਛਾ ਬੇਬੀ। ਹਾਂ ਲੈ ਬੇਬੇ, ਫੁੱਲ ਕੁ ਛੱਟਿਆ ਮੈਂ ਮਾਸਾ ਖਾ ਲੈਣੀ ਆਪਣੀਆਂ। ਲੈ ਮਨਦੀਪ ਨੇ ਕਮਾਲ ਹੀ ਕਰਤੀ, ਸੂਟ ਬਿੰਦ ਚ ਹੱਥ ਚੋਂ ਲੈ ਗਈ। ਦੱਸਦੀ ਆ ਕੁਲਦੀਪ ਨੂੰ, ਆਓ ਆ ਗਿਆ। ਹੋਰ ਮਾਂ? ਠੀਕ ਹੈ ਪੁੱਤ, ਬੱਦਲ ਬਾਈ ਜੀ ਹੋ ਗਿਆ ਨਾ? ਹੋਰ ਆ, ਬਾਹਲੀ ਗਰਮੀ ਸੀ। ਕੀ ਗੱਲ ਮਾਂ, ਸੋਚਾਂ ਜੀ ਕਿਵੇਂ ਬੈਠੀ ਆ? ਦਵਾਈ ਤਾਂ ਲਿਆਈ ਹੋਵੇਗੀ, ਕਿ ਡਾਕਟਰ ਨੇ ਕੁਛ ਕਹਿਤਾ? ਪੁੱਤ ਡਾਕਟਰ ਨੇ ਤਾਂ ਕੀ ਕਹਿਣਾ ਸੀ, ਦਵਾਈ ਤਾਂ ਮੈਂ ਲਿਆਈ, ਉਹੀ ਬਸ ਮਨ ਜੇ ਚ ਗੱਲ ਆ ਰਹੀ ਸੀ। ਮਨ ਜੇ ਚ ਗੱਲ ਆ ਰਹੀ ਸੀ? ਕੀ ਗੱਲ ਆ ਰਹੀ ਸੀ, ਦੱਸਤਾ ਸਹੀ ਮਾਂ? ਪੁੱਤ ਮੈਂ ਕੱਲ ਨਾ ਜੱਸੂ ਨੂੰ ਸੂਟ ਲਿਆਈ, ਮੇਰੇ ਲਵੇ ਥੋੜੇ ਜਿਹੇ ਪੈਸੇ ਘੱਟ ਸੀ, ਮੈਂ ਇੱਕ ਲਿਆਈ। ਪਤਾ ਤਾਂ ਮੈਨੂੰ ਹੈਗਾ ਸੀ ਵੀ ਮਨਦੀਪ ਨੂੰ ਵੀ ਲੈਣਾ, ਮੈਂ ਸੋਚਿਆ ਵੀ ਜਦੋਂ 8 ਦਿਨਾਂ ਨੂੰ ਫੇਰ ਆਈ ਦਵਾਈ ਲੈਣ, ਉਹਦੇ ਮਨਦੀਪ ਵਾਸਤੇ ਲੈ ਜੂ। ਪੁੱਤ ਉਹ ਹੱਥ ਚੂਈ ਖੋ ਕੇ ਲੈ ਗਈ ਸੂਟ, ਮੈਨੂੰ ਇਹ ਗੱਲ ਮਹਿਸੂਸ ਜੀ ਹੋਈ। ਗੱਲ ਤਾਂ ਬੇਬੇ ਮਹਿਸੂਸ ਕਰਨ ਵਾਲੀ ਵੀ ਹੈ, ਉਹਦਾ ਮਤਲਬ ਹੀ ਨਹੀਂ ਬਣਦਾ ਹੱਥ ਚ ਖੋਣ ਦਾ ਸੂਟ। ਚੱਲ ਉਹਨੂੰ ਅਗਲੀ ਵਾਰ ਲਿਆਉਣ ਦੇ, ਮੈਂ ਲਿਆਂਦਾ ਮੈਨੂੰ ਕਹਿੰਦੀ ਹੈਂ, ਲਿਆਂਦਾ ਤਾਂ ਉਹ ਜੱਸੂ ਵਾਸਤੇ ਦੀਗਾ, ਕਿੱਥੇ ਹੁਣ ਉਹ? ਮੈਂ ਕਰਦਾ ਉਹਦੇ ਨਾਲ ਗੱਲ। ਘਾਬਰ ਨਾ ਪੁੱਤ, ਮੈਂ ਤਾਂ ਤੇਰੇ ਨਾਲ ਸਵੇਰ ਕੀ ਗੱਲ ਕਰੀ ਸੀ। ਕੋਈ ਨਾ ਮਾਂ, ਘਾਬਰ ਦਾ ਤਾਂ ਮੈਂ ਕਾਹਨੂੰ ਆਵਾਂ, ਉਹਦੇ ਨਾਲ ਗੱਲ ਹੀ ਕਰੂੰਗਾ। ਠੀਕ ਹੈ ਪੁੱਤ, ਕੋਈ ਨਾ। ਮਨਦੀਪ ਮੇਰੀ ਗੱਲ ਸੁਣ, ਮੈਂ ਤੈਨੂੰ ਉਹਦੇ ਕੀ ਗੱਲ ਸਮਝਾਈ ਸੀ ਵੀ ਜੱਸੂ ਨਾਲ ਸਰੀਕਾ ਨਹੀਂ ਕਰਨਾ ਹੈਂ? ਕਿਉਂ, ਕੀ ਗੱਲ ਹੋ ਗਈ? ਗੱਲ ਕੀ ਹੋ ਗਈ ਯਾਰ, ਸੂਟ ਉਹ ਬੀਬੀ ਉਹਦੇ ਵਾਸਤੇ ਲਿਆਈ ਸੀ, ਉਹ ਕਹਿੰਦੀ ਹੋ ਕੇ ਲੈ ਗਈ। ਖੋ ਕੇ ਕਾਹਤੋਂ ਲੈ ਗਈ, ਮੇਰੇ ਪਸੰਦ ਆ ਗਿਆ, ਮੈਂ ਤਾਂ ਕਹਿਤਾ ਬੇਬੇ ਨੂੰ। ਪਸੰਦ ਆ ਗਿਆ, ਤੂੰ ਮੈਨੂੰ ਕਹਿੰਦੀ ਮੈਂ ਲਿਆਂਦਾ ਤੈਨੂੰ, ਇਹ ਕਿੱਡੀ ਗੱਲ ਸੀ?
ਫਿਰ ਇਹਚ ਲੜਨ ਵਾਲੀ ਕਿਹੜੀ ਗੱਲ ਆ? ਲੜਨ ਵਾਲੀ ਨਹੀਂ ਯਾਰ, ਐ ਹੋਇਆ ਨਾ ਵੀ ਸੂਟ ਤਾਂ ਉਹ ਮੇਰੇ ਵਾਸਤੇ ਲਿਆਂਦਾ ਸੀ, ਉਹਦੇ ਦਿਲ ਤੇ ਕੀ ਬੀਤਦੀ? ਫਿਰ ਬੇਬੇ ਮੈਨੂੰ ਕਹਿ ਦਿੰਦੀ, ਤੁਹਾਨੂੰ ਕਹਿੰਦੀ ਆ? ਬੇਬੇ ਕਹਿੰਦੀ ਕਿਹਾ ਤੀ ਮੈਂ ਮਨਦੀਪ ਨੂੰ ਵੀ ਪੁੱਤ ਮੈਂ ਤੇਰੇ ਵਾਸਤੇ ਹੋਰ ਲਿਆ ਦੂੰਗੀ, ਕਹਿੰਦੀ ਨਾ ਮੇਰੀ ਤਾਂ ਗੱਲ ਹੀ ਨਹੀਂ ਸੁਣੀ, ਅੱਗੇ ਤਾਂ ਮੇਰੇ ਪਾਉਣ ਨਾਲ ਲਵਾਂ ਨਾ। ਜੇ ਸੂਟ ਮੈਂ ਲੈ ਲਿਆ ਫਿਰ ਕਿੱਡੀ ਕੁ ਗੱਲ ਹੋ ਗਈ, ਜਸਪ੍ਰੀਤ ਨੂੰ ਹੋਰ ਲਿਆ ਦਾਂਗੇ। ਹੋਰ ਤਾਂ ਤੈਨੂੰ ਵੀ ਲਿਆਂਦਾ ਜਾਂਦਾ ਹੈ, ਗੱਲ ਤਾਂ ਐ ਵੀ ਤੂੰ ਉਹਦੇ ਸਾਹਮਣੇ ਇੱਕ ਖੋ ਕੇ ਲਈ, ਗੱਲ ਤਾਂ ਇਹ ਹੈ ਜੇ ਕੋਈ ਤੇਥੋਂ ਖੋ ਕੇ ਲਿਜਾਵੇ ਤੈਨੂੰ ਦੁੱਖ ਨਹੀਂ ਆਊ? ਮੈਂ ਸੂਟ ਖੋ ਕੇ ਨਹੀਂ ਲਿਆਈ, ਜਸਪ੍ਰੀਤ ਨੇ ਆਪ ਹੀ ਕਹਿਤਾ ਸੀ ਭਾਬੀ ਜੇ ਤੇਰੇ ਪਸੰਦ ਆ ਤੂੰ ਸੂਟ ਲੈ ਲਾ। ਉਹਨੇ ਤਾਂ ਕਹਿਣੀ ਆ ਹੁਣ, ਹੋਰ ਉਹ ਕੀ ਕਹੇ ਵਿਚਾਰੀ, ਉਹ ਤਾਂ ਕਹੂਗੀ ਫਿਰ ਜਦੋਂ ਤੂੰ ਕਹਿਤਾ ਮੈਨੂੰ ਪਸੰਦ ਹੈ, ਉਹਨੇ ਕਹਿਤਾ ਵਿਚਾਰ ਤੂੰ ਬਾਲਾ ਭਾਈ ਹੈ ਤੈਨੂੰ ਪਸੰਦ ਹੈ। ਫਿਰ ਐਡੀ ਤਾਂ ਗੱਲ ਹੈ ਨਹੀਂ ਜਿੱਡੀ ਤੁਸੀਂ ਬਣਾ ਲਈ। ਤੂੰ ਸਮਝ ਵੀ ਨਹੀਂ ਦੀਪ ਗੱਲ ਯਾਰ, ਐਡੀ ਕਿਉਂ ਨਹੀਂ, ਗੱਲ ਬਹੁਤ ਵੱਡੀ ਹੈ। ਮੈਂ ਤੈਨੂੰ ਉਦਣ ਕੀ ਕਿਹਾ ਸੀ ਵੀ ਭਾਈ ਜੱਸੂ ਨਾਲ ਸ਼ਰੀਕਾ ਨਹੀਂ ਕਰਨਾ, ਤੂੰ ਉਹੀ ਗੱਲ ਸ਼ਰੀਕਾ ਫੇਰ ਕਰਿਆ। ਸੂਟਾਂ ਦੀ ਕੀ ਗੱਲ ਸੀ ਹੈ, ਮੈਂ ਤੈਨੂੰ ਚਾਰ ਲਿਆਂਦਾ ਨਾਲੇ ਉਹਦੇ ਨਾਲ ਦੀ ਲਿਆਂਦਾ। ਆ ਬੰਨੇ ਤੁਹਾਡੇ ਮੂਹਰੇ ਹੱਥ, ਮੇਰਾ ਕਿਹੜਾ ਛੱਡੋ, ਮੈਨੂੰ ਤਾਂ ਲੋੜ ਨਹੀਂ ਤੁਹਾਡੇ ਸੂਟਾਂ ਦੀ, ਨਾ ਇੱਕ ਸੂਟ ਚਾਹੀਦਾ ਮੈਨੂੰ, ਨਾ ਚਾਰ ਚਾਹੀਦੇ ਨੇ, ਆ ਵੀ ਫੜਾ ਦਿਓ ਚੱਕ ਕੇ। ਇੱਕ ਸੂਟ ਪਸੰਦ ਆਇਆ ਸੀ ਲੈ ਲਿਆ, ਤਾਂ ਉਹਦੇ ਪਿੱਛੇ ਵੀ ਐਡਾ ਪਹਾੜ ਬਣਾਤਾ। ਗੱਲ ਪਹਾੜ ਦੀ ਨਹੀਂ ਹੈਗੀ, ਗੱਲ ਤਾਂ ਜਿਹੜੀ ਗੱਲ ਹੈ ਉਹਦੀ ਹੈ, ਤੂੰ ਸਮਝਦੀ ਨਹੀਂ ਹੈਗੀ, ਪਰ ਤੁਹਾਨੂੰ ਬੁੜੀਆਂ ਨੂੰ ਪਤਾ ਹੀ ਨਹੀਂ ਹੁੰਦਾ ਇਹ ਗੱਲਾਂ ਦਾ, ਜੈਲਸੀ ਹੋ ਜਾਂਦੀ ਤੈਨੂੰ ਬੁੜੀਆਂ ਨੂੰ। ਆ ਲੈ ਮਾਂ ਲਿਆਂਦਾ। ਬੇਕਾਰ ਨੂੰ ਲਿਆਉਣਾ ਸੀ। ਕਿਉਂ ਨਹੀਂ ਲਿਆਉਣਾ ਸੀ? ਉਹਨੂੰ ਮੈਂ ਹੋਰ ਲਿਆਂਦੀ, ਚੱਲ ਜੱਸੂ ਨੂੰ ਮਨਦੀਪ ਨੂੰ ਹੋਰ ਲਿਆ ਦੇਗਾ ਫਿਰ ਆਪਾਂ, ਇਹ ਕਿੱਡੀ ਗੱਲ ਹੈ। ਚੱਲ ਠੀਕ ਹੈ। ਹੋਰ ਹੁਣ ਕਿੱਧਰ ਗਈ ਬਾਬੀ ਜੱਸੂ? ਅੰਦਰ ਹੀ ਹੈ। ਜੱਸੂ ਕੀ ਕਹਿੰਦੇ ਸੀ? ਆ ਲੈ ਸੂਟ। ਸੂਟ ਤਾਂ ਬਾਈ ਭਾਬੀ ਨੇ ਲੈ ਲਿਆ ਸੀ, ਇਹ ਤੇਰਾ ਸੂਟ? ਇਹ ਸੂਟ ਤਾਂ ਮੇਰਾ, ਉਹਨੂੰ ਜ਼ਿਆਦਾ ਪਸੰਦ ਸੀ। ਚੱਲ ਕੋਈ ਨਾ ਹੋਰ ਲਿਆ ਦੇਣੀ। ਆਪ ਦਿੱਤਾ ਭਾਬੀ ਨੇ? ਆਹੋ ਆਪ ਦਿੱਤਾ। ਫੇਰ ਠੀਕ ਹੈ। ਲੈ ਚਾਹ ਚੜ ਗਿਆ ਜੱਸੂ ਨੂੰ। ਲੈ ਹੋਰ ਚੜਨੀ ਹੈ ਚਾਹ ਤਾਂ ਮੈਂ। ਚੱਲ ਕੋਈ ਨੀ, ਮਨਦੀਪ ਨੂੰ ਫਿਰ ਲਿਆ ਦੇਣੀ। ਨਾ ਨਾ ਕੋਈ ਨੀ, ਲਿਆ ਦੇਣੀ ਜੀ, ਲਿਆ ਦੇਣੀ ਨਾਲ ਦੇ ਲਿਆ ਦਾਂਗੇ। ਮਨਦੀਪ ਬੱਦਲ ਚੜਿਆ ਹੁੰਦਾ ਪੁੱਤ, ਚਾਰ ਟੋਕਰੇ ਪਾਥੀਆਂ ਦੇ ਭੇਜੇ ਜਾਣਗੇ, ਤੂੜੀ ਵਾਲੇ ਚ ਰੱਖ ਲੈ। ਮੇਰੇ ਤੋਂ ਨੀ ਚੱਕ ਹੁੰਦੇ ਬੇਬੇ, ਜਿਹਨੂੰ ਸੂਟ ਲਿਆ ਕੇ ਦਿੰਦੇ ਉਹਨੂੰ ਕਹਿ ਦੋ। ਨਾ ਪੁੱਤ, ਸੂਟ ਲਿਆਉਣ ਵਾਲੀ ਕਿੱਡੀ ਕੁ ਗੱਲ ਹੈ, ਜਿੱਦੇ ਮੈਂ ਹੁਣ ਗਈ ਉਹਦੇ ਤੈਨੂੰ ਲਿਆ ਦੂੰਗੀ, ਐਂ ਨੀ ਸ਼ਰੀਕਾ ਕਰੀਦਾ ਹੁੰਦਾ ਪੁੱਤ। ਬੇਬੇ ਗੱਲ ਸ਼ਰੀਕੇ ਦੀ ਨੀ ਹੈਗੀ, ਸੂਟ ਮੇਰੇ ਪਸੰਦ ਸੀ, ਮੈਂ ਤਾਂ ਲਿਆ ਸੀ ਸੂਟ, ਉਹ ਮੇਰੇ ਤੋਂ ਨੀ ਹੁੰਦੇ ਕੰਮ, ਹੁਣ ਆਪ ਹੀ ਕਰ ਲਓ। ਕੋਈ ਗੱਲ ਨੀ, ਦਾ ਸੂਟ ਉਹਨੇ ਕਿਹੜਾ ਪਸੰਦ ਦਾ ਮੰਗਾਇਆ ਜੀ, ਉਹਨੂੰ ਤਾਂ ਮੈਂ ਆਪ ਹੀ ਲਿਆਤਾ ਜਵਾਕੜੀ ਨੂੰ। ਚੱਲ ਮਹਾ ਉਹਦਾ ਮਨ ਸੀ ਵੀ ਉਹ ਤਾਇਆ ਸੂਟ ਲਿਆ ਲਿਆ ਦਿੰਦਾ ਆਪਦੀ ਕੁੜੀ ਨੂੰ, ਮੈਂ ਸੋਚਿਆ ਵੀ ਚੱਲ ਲੈ ਚੱਲਦੀ ਹਾਂ, ਜਵਾਕੜੀ ਨੇ ਹੌਂਕਾ ਲਿਆ ਹੋਊਗਾ ਵੀ ਚੱਲ ਮੈਂ ਉਹਦੇ ਮਾਂ ਨਹੀਂ ਹੈਗੀ। ਫਿਰ ਕੀ ਹੋ ਗਿਆ, ਐਂ ਸ਼ਰੀਕਾ ਲੱਗ ਜਾਂਦੀਆਂ ਕਰਨ। ਬੇਬੇ ਕੀ ਗੱਲ ਹੋਊਗੀ, ਭਾਬੀ ਕੀ ਕਹੀ ਜਾਂਦੀ ਸੀ? ਕੁਛ ਨਹੀਂ ਕਹਿੰਦੀ ਸੀ ਪੁੱਤ, ਕੋਈ ਗੱਲ ਨਹੀਂ ਹੋਈ ਨਾ, ਸੂਟ ਸੂਟ ਕਰੀ ਜਾਂਦੀ ਸੀ। ਕੋਈ ਨਹੀਂ, ਉਹ ਤਾਂ ਸੂਟ ਦੀ ਗੱਲ ਕਰਦੀ ਸੀ ਪੁੱਤ। ਕੀ ਗੱਲ ਹੋ ਗਈ ਮੈਨੂੰ ਸਹੀ ਸਹੀ ਦੱਸ। ਉਹਦੇ ਕੁਲਦੀਪ ਨੇ ਸੂਟ ਨਹੀਂ ਲੈ ਕੇ ਦੇਤਾ ਤੈਨੂੰ, ਇੰਨੇ ਚ ਬਸ ਟਿੰਦਰ ਗਈ। ਓਹੋ, ਬਾਈ ਨੇ ਫਿਰ ਕਾਹਨੂੰ ਲੈ ਕੇ ਦੇਣਾ ਸੀ, ਕਿੱਡੀ ਕੁ ਗੱਲ ਸੀ ਸੂਟ ਦੀ। ਚੱਲ ਚੱਲ ਬੇਬੇ, ਖੜੀ ਹੋ, ਕਣੀਆਂ ਆ ਗਈਆਂ, ਉੱਠ। ਲੈ ਚੱਲ ਪੁੱਤ। ਹੋਰ ਕਣੀਆਂ ਆ ਗਈਆਂ, ਅਸੀਂ ਕਿਹਾ ਸੀ ਮੈਂ ਚਾਰ ਟੋਕਰੇ ਪਾਥੀਆਂ ਦੇ ਧਰ ਲੈ। ਤੂੰ ਮੈਨੂੰ ਕਹਿ ਦਿੰਦੀ ਬੇਬੇ, ਐਡੀ ਕਿੱਡੀ ਕੁ ਗੱਲ ਸੀ? ਕਹਿੰਦੀ ਉਹੀ ਧਰ ਲੂ ਜਿਹਨੂੰ ਸੂਟ ਲਿਆ ਕੇ ਦਿੱਤਾ, ਐਂ ਨੀ ਪਤਾ ਲੱਗਦਾ ਬਗਾਨੀਆਂ ਧੀਆਂ ਦਾ। ਭਾਬੀ ਮੈਂ ਇਹ ਪੁੱਛਦੀ ਸੀ, ਆਪਾਂ ਸਬਜ਼ੀ ਕਦੀ ਬਣਾਵਾਂਗੇ? ਮੈਨੂੰ ਨਹੀਂ ਪਤਾ, ਜਿਹੜਾ ਤੇਰਾ ਜੀ ਕਰਦਾ ਬਣਾ ਲਾ, ਅੱਗੇ ਕਿਹੜਾ ਮੈਨੂੰ ਪੁੱਛ ਕੇ ਬਣਾਉਂਦੇ ਹੋ? ਪੁੱਛ ਕੇ ਤਾਂ ਨਹੀਂ ਬਣਾਉਂਦੇ, ਫਿਰ ਵੀ ਕੋਈ
ਜਿਹੜੀ ਤੈਂ ਖਾਣੀ ਉਹ ਬਣਾ ਲਾਂਗੇ। ਨਹੀਂ, ਜਿਹੜੀ ਤੈਨੂੰ ਪਸੰਦ ਆ ਉਹ ਬਣਾ ਲਓ, ਉਹ ਵੀ ਤੇਰੀ ਪਸੰਦ ਹੀ ਦੇਖੀ ਜਾਂਦੀ ਹੈ, ਮੇਰੀ ਪਸੰਦ ਨੂੰ ਕੋਈ ਨਹੀਂ ਪੁੱਛਦਾ ਇੱਥੇ। ਲੈ ਭਾਬੀ, ਗੱਲਾਂ ਕਿਹੋ ਜਿਹੀਆਂ ਕਰੀ ਜਾਂਦੀ ਆ ਤੂੰ? ਮੈਂ ਕਿਹੋ ਜਿਹੀ ਗੱਲਾਂ ਕਰਦੀ? ਜਿਹੋ ਜਿਹੀ ਤੂੰ ਗੱਲ ਕਰਦੀ ਮੈਂ ਤੇਰਾ ਜਵਾਬ ਦੇਈ ਜਾਂਦੀ ਹਾਂ। ਮੈਂ ਤਾਂ ਤੈਨੂੰ ਸਬਜ਼ੀ ਹੋਈ ਪੁੱਛੀ ਹੈ। ਮੈਨੂੰ ਨਾ ਪੁੱਛ ਫਿਰ, ਜਿਹੜਾ ਤੇਰਾ ਜੀ ਕਰਦਾ ਬਣਾ ਲਾ। ਜੇ ਤੈਨੂੰ ਸੂਟ ਦੀ ਗੱਲ ਦਾ ਗੁੱਸਾ ਤਾਂ ਤੂੰ ਸੂਟ ਰੱਖ ਲਾ। ਰਹਿਣ ਦੇ ਰਹਿਣ ਦੇ, ਮੈਨੂੰ ਝੂਠੀ ਹਮਦਰਦੀ ਦੀ ਲੋੜ ਨਹੀਂ, ਚੁੱਪ ਕਰਕੇ ਆਪਦਾ ਕੰਮ ਕਰ ਲਾ। ਚੱਲ ਠੀਕ ਆ ਭਾਬੀ, ਜੇ ਤੈਨੂੰ ਐਂ ਲੱਗਦਾ ਮੈਂ ਝੂਠੀ ਹਮਦਰਦੀ ਦਿਖਾਉਂਦੀ ਹਾਂ, ਬੇਬੇ ਨੂੰ ਪੁੱਛ ਲੈਂਦੀ ਹਾਂ ਮੈਂ ਕੀ ਸਬਜ਼ੀ ਬਣਾਉਂਦੀ ਹਾਂ। ਵੱਡੀ ਆਈ ਆ, ਨਾਲੇ ਤਾਂ ਉਹਦੇ ਉਂਗਲਾਂ ਲਾ ਕੇ ਮੇਰੇ ਤੋਂ ਸੂਟ ਖੋ ਲਿਆ, ਹਲੇ ਮੇਰੇ ਨਾਲ ਹਮਦਰਦੀ ਜਤਾਉਂਦੀ ਆ। ਦੱਸ ਬਾਈ ਨੂੰ ਕੀ ਲੋੜ ਸੀ, ਬਿਨਾਂ ਗੱਲ ਤੋਂ ਭਾਬੀ ਨੂੰ ਦੱਸਾ ਤਾ, ਉਹ ਹੁਣ ਮੇਰੇ ਤੇ ਗੁੱਸਾ ਕਰੀ ਜਾਂਦੀ ਵੀ ਪਤਾ ਨੀ ਇਹਨੇ ਕਹਿਤਾ ਕੁਛ, ਨਾ ਹੁਣ ਸੂਟ ਲੈਂਦੀ ਹੈ ਨਾ ਵਾਸਤਾ, ਬਸ ਆਈ ਹਰਖੀ ਹੋਊਗੀ ਮੇਰੇ ਤੇ। ਚਲ ਦਾਲ ਤਾਂ ਧਰਤੀ ਹੈ ਕੁਲਦੀਪ। ਹਾਂ, ਹੁਣ ਤਾਂ ਸਾਰੀ 400-500 ਦੇ ਸੂਟ ਦੀ ਗੱਲ ਹੈ, ਕੱਲ ਨੂੰ ਪੁੱਤੇ ਦਾ ਵਿਆਹ ਵੀ ਕਰਨਾ, ਇਹ ਫੇਰ ਵੀ ਆਕੜੂਗੀ। ਹੋਰ ਗੱਲ ਤਾਂ ਤੇਰੀ ਠੀਕ ਹੈ, ਇਹਦਾ ਗਲਤ ਹੋ ਗਿਆ ਕੰਮ, ਇਹਦਾ ਜੈਲਸੀ ਕਰਨ ਲੱਗ ਗਈ। ਹੋਰ ਅੱਜ ਸੂਟ ਦੀ ਕਰਦੀ ਹੈ, ਕੱਲ ਨੂੰ ਗਾਹਾਂ ਹੋਰ ਪੈਸੇ ਦੀ ਕਰੂ, ਹੈ ਕੰਮ ਧੰਦੇ ਦੀ ਕਰੂ। ਮੈਂ ਤਾਂ ਤੈਨੂੰ ਐਂ ਕਹਿਣੀ ਆ, ਇਹਦੀ ਮਾਂ ਨੂੰ ਫੋਨ ਫਾਨ ਕਰਕੇ ਕਹੀ ਵੀ ਮਨਦੀਪ ਨੂੰ ਸਮਝਾ ਕੇ ਜਾਵੇ। ਇਹਦੀ ਮਾਂ ਨੂੰ? ਹਾਂ, ਉਹਦੇ ਆਖੇ ਲੱਗੂਗੀ। ਆਹੋ ਐਂ ਕਰ ਲਾਂਗੇ। ਆਹ ਫਿਰ ਮਾੜੀ ਮੋਟੀ ਤਾਂ ਮੱਤ ਦੇਊਗੀ ਉਹ। ਹਾਂ ਕੁਛ ਤਾਂ ਸਮਝਾਊ। ਹਾਂ ਆਪਾਂ ਕਹਿਣ ਜੋਗਰੇ ਤਾਂ ਹੋ ਜਾਣਾ ਕੱਲ ਨੂੰ। ਨਹੀਂ ਮਹਾ ਆ ਜਾਂਦੇ ਮਾੜਾ ਜਿਹਾ ਤੁਸੀਂ, ਗੱਲ ਤਾਂ ਕੁਛ ਨਹੀਂ ਹੋਈ, ਥੋੜੀਆਂ ਜਿਹੀਆਂ ਗੱਲਾਂ ਸਮਝਾਉਣੀਆਂ। ਹਾਂ ਹਾਂ ਘਰੇਲੂ ਗੱਲਾਂ ਹੀ, ਹੋਰ ਕੀ। ਹਾਂ ਕੱਲ ਨੂੰ ਠੀਕ ਹੈ, ਚੱਲ ਠੀਕ ਹੈ, ਓਕੇ, ਕਹਿੰਦੀ ਕੱਲ ਨੂੰ ਆ ਜਾਊਗਾ। ਚੱਲ ਆ ਜਾਊਗੀ ਫਿਰ। ਆ ਤਾਂ ਜਾਊ, ਤਿਆਰੀ ਹੁੰਦੀ ਉਹਦਾ। ਹੋਰ ਨਾ ਕੁਛ ਬੋਲ ਪਈ ਉਹਦੇ ਹੁੰਦੇ, ਮਾਂ ਵਰਗਿਆ ਬੜ ਬੋਲਿਆ। ਨਾ ਨਾ ਹੋਰ ਤਾਂ ਮੈਂ ਕੀ ਬੋਲਣਾ। ਆਹੋ ਕੁਛ ਨੀ, ਕੋਈ ਘਰ ਦੀ ਗੱਲ ਦੱਸਣੀ। ਠੀਕ ਹੈ। ਹੈਂ ਬੀਬੀ ਆ ਗਈ, ਇਹਨੇ ਫੋਨ ਨਾ ਫਾਨ ਕੀਤਾ ਮੈਨੂੰ, ਇਹ ਕਿਹੜਾ ਦੱਸਦੀ ਹੈ ਤਾਂ ਜੀ ਕਰੇ ਉਹਦੀ ਆ ਜਾਂਦੀ ਆ। ਸਤਿ ਸ਼੍ਰੀ ਅਕਾਲ ਬੇਬੇ। ਸਤਿ ਸ਼੍ਰੀ ਅਕਾਲ ਪੁੱਤ, ਠੀਕ ਹੈ? ਹਾਂ ਠੀਕ ਆ, ਆ ਜਾ। ਬਹਿ ਜਾ ਬੇਬੀ, ਫੋਨ ਫਾਨ ਕੀਤਾ ਹੀ ਨੀ ਤੂੰ। ਪੁੱਤ ਮੈਂ ਤਾਂ ਮਾਨਸਾ ਆਈ ਸੀ ਦਵਾਈ ਲੈਣ, ਮੈਂ ਆਖਿਆ ਲਵੇ ਆਈ ਆ ਮਨਦੀਪ ਨੂੰ ਮਿਲ ਕੇ ਵਗ ਜਾ, 2 ਘੰਟੇ ਲਾ ਜੂੰਗੀ। ਚੱਲ ਚੱਲ ਕੋਈ ਗੱਲ ਨੀ ਬੇਬੇ, ਮੈਂ ਪਾਣੀ ਲਿਆਉਣੀ ਆ। ਲਿਆ ਪੁੱਤ ਪਾਣੀ। ਹੋਰ ਕਿਵੇਂ ਭੈਣੇ? ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ, ਠੀਕ ਹੈ? ਹਾਂ ਠੀਕ ਠਾਕ, ਵਧੀਆ ਠੀਕ ਹਾਂ। ਮੈਂ ਤਾਂ ਬਹਿ ਜਾ ਬੈਠੀ। ਹੋਰ ਸਾਰੇ ਠੀਕ ਨੇ ਉੱਥੇ? ਹਾਂ ਠੀਕ ਠਾਕ ਹੈ, ਵਧੀਆ। ਚੱਲ ਵਧੀਆ ਗੱਲ ਹੈ, ਆਪਣੀ ਦੇ ਗੱਲ ਠੀਕ ਹੈ। ਹਾਂ ਠੀਕ ਆ। ਕੁਲਦੀਪ ਸੁਣ, ਫੋਨ ਲਾਇਆ ਸੀ ਭੈਣੇ, ਤੈਨੂੰ ਪਤਾ ਕਿਸੇ ਗੱਲ ਦਾ ਖੈਰ ਹੈ? ਖੈਰ ਹੀ ਆ ਭੈਣੇ, ਮੈਂ ਹੀ ਕਰਾਇਆ ਤੇ ਕੁਲਦੀਪ ਤੋਂ ਫੋਨ, ਦੱਸਦੀ ਆ ਮੈਂ ਤੈਨੂੰ ਸਾਰੀ ਗੱਲ। ਲੈ ਪੁੱਤ ਲੈ ਜਾ ਗਲਾਸ। ਚੱਲ ਬੇਬੇ ਤੁਸੀਂ ਕਰੋ ਗੱਲਾਂ, ਮੈਂ ਚਾਹ ਬਣਾ ਕੇ ਲਿਆਉਣੀ ਆ। ਕੋਈ ਨੀ ਬਣਾ ਲਿਆ, ਲੋਟ ਹੋ ਕੇ ਬਹਿ ਜਾ ਭੈਣੇ। ਕੋਈ ਨੀ ਬਹਿਣੀ ਆ।
ਦੇਖ ਭੈਣੇ, ਤੈਨੂੰ ਪਤਾ ਹੀ ਹੈ ਜੱਸੂ ਦੇ ਮਾਂ ਪਿਓ ਹੈ ਨਹੀਂ ਸਿਰ ਤੇ। ਮੈਂ ਉਹਨੂੰ ਪੁੱਤਾਂ ਵਾਂਗੂ ਪਾਲਿਆ, ਐਡੀ ਕੁ ਤੀ ਜਦੋਂ ਉਹਦੀ ਮਾਂ ਕੀ ਆ ਦੇਖ ਪਹਿਲਾਂ। ਹਾਂ ਭੈਣੇ, ਪਾਲਣੀ ਸੀ ਫਿਰ। ਥੋੜੇ ਜਿਹੇ ਟਾਈਮ ਬਾਅਦ ਇਹਦਾ ਬਾਪੂ ਮੁੱਕ ਗਿਆ। ਮੈਂ ਉਹਦੇ ਨਾਲ ਵਾਅਦਾ ਕਰਿਆ ਸੀ, ਮੈਂ ਇਹਨੂੰ ਬਗਾਨੀ ਨਹੀਂ ਸਮਝਦੀ। ਉਹ ਕਹਿੰਦਾ ਮੇਰੀ ਜੱਸੂ ਦੇ ਸਿਰ ਤੇ ਹੱਥ ਰੱਖੀ, ਮੈਂ ਤਾਂ ਭੈਣੇ ਉਹਦੇ ਬੋਲ ਪਗਾਉਣੀ ਆ। ਚੱਲ ਚੰਗੀ ਗੱਲ ਹੈ, ਪਗਾਉਣੇ ਨੇ ਭੈਣੇ। ਫੇਰ ਵੀ ਹੁਣ ਗੱਲ ਕੀ ਹੋ ਗਈ? ਗੱਲ ਕੀ ਹੋਣੀ ਆ ਭੈਣੇ, ਮੈਂ ਉਹਦੇ ਖਾਤਰ ਲਿਆਂਦਾ ਸੂਟ, ਉਹਨੇ ਮਨ ਜਾ ਖਰਾਬ ਕਰ ਲਿਆ ਸੀ। ਇੱਕ ਦਿਨ ਜੱਸੂ ਵਾਗੀ ਆਪਦੇ ਤਾਏ ਕੇ ਘਰੇ, ਉਹਦਾ ਤਾਇਆ ਲਿਆ ਪੰਮੀ ਵਾਸਤੇ ਸੂਟ, ਉੱਥੇ ਦੇਖ ਆਈ, ਆ ਕੇ ਰੋਣ ਲੱਗ ਗਈ। ਕਹਿੰਦੀ ਮੇਰੇ ਬਾਪੂ ਯਾਦ ਆਉਂਦਾ। ਮੈਂ ਕਿਹਾ ਪੁੱਤ ਚੁੱਪ ਕਰ, ਰੋ ਨਾ, ਤੈਨੂੰ ਕਦੇ ਘਾਟ ਮਹਿਸੂਸ ਹੋਣ ਦਿੱਤੀ ਹੈ ਕਿਸੇ ਚੀਜ਼ ਦੀ? ਸੂਟ ਕੋਈ ਗੱਲ ਨਹੀਂ, ਮੈਂ ਲਿਆ ਦੂੰ। ਮੈਂ ਗਈ ਸੀ ਭੈਣੇ ਸਤਪਾਲ ਦੇ ਦਵਾਈ ਲੈਣ, ਮੈਂ ਆਉਂਦੀ ਹੋਈ ਨੇ ਸੂਟ ਲੈ ਲਿਆ। ਪੈਸੇ ਮਤਲਬ ਘੱਟ ਸੀ, ਨਹੀਂ ਤਾਂ ਮੈਂ ਦੋ ਲੈ ਲੈਂਦੀ। ਮੈਂ ਇੱਕੋ ਹੀ ਲੈ ਕੇ ਆ ਗਈ। ਆ ਕੇ ਭੈਣੇ ਸੂਟ ਦਿਖਾਉਣ ਲੱਗ ਗਈ। ਮਨਦੀਪ ਕਹਿੰਦੀ ਇਹ ਤਾਂ ਮੈਨੂੰ ਪਸੰਦ ਹੈ, ਕਹਿੰਦੀ ਮੈਂ ਸਵਾਉਂਗੀ। ਹੱਥ ਚੋ ਖੋ ਕੇ ਲੈ ਗਈ। ਮੈਂ ਖੋ ਕੇ ਕਾਹਨੂੰ ਲਿਆਣਾ ਤੀ ਬੌਲੀ ਨੇ? ਸੂਟਾਂ ਦੀ ਕੀ ਗੱਲ ਸੀ, ਹੋਰ ਲੈ ਆਉਂਦੀ, ਹੋਰ ਕੁਲਦੀਪ ਤੋਂ ਮੰਗਾ ਲੈਂਦੀ ਸੂਟ ਤਾਂ। ਸੂਟਾਂ ਦਾ ਦੱਸ ਥੋੜਾ, ਸੂਟਾਂ ਦਾ। ਕੁਲਦੀਪ ਨੇ ਲੈ ਕੇ ਸੂਟ ਜੱਸੂ ਨੂੰ ਦੇਤਾ, ਵੀ ਚੱਲ ਉਹਦੇ ਵਾਸਤੇ ਲਿਆਂਦਾ ਤੀ, ਉਹੀ ਸਮਾ ਲੂਗੀ, ਵੀ ਤੈਨੂੰ ਮੈਂ ਲਿਆ ਦੂੰਗਾ। ਭਾਵੇਂ ਦੋ ਸੂਟ ਦੇ ਬਜਾਏ ਚਾਰ ਲੈ ਲਈ, ਉਦਾਂ ਦੀ ਰੁੱਸੀ ਫਿਰਦੀ ਆ, ਅੱਖ ਹੀ ਨਹੀਂ ਲੱਗਦੀ। ਜੇ ਤਾਂ ਮੈਂ ਬੁਲਾਉਣੀ ਆ ਤਾਂ ਮੈਨੂੰ ਨਹੀਂ ਸਿੱਧੇ ਮੂੰਹ ਬੋਲਦੀ, ਜੇ ਜੱਸੂ ਬੁਲਾਉਂਦੀ ਆ ਤਾਂ ਉਹਨੂੰ ਨਹੀਂ ਬੋਲਦੀ ਭੈਣੇ, ਆਹੀ ਗੱਲ ਆ। ਫਿਰ ਮਾੜਾ ਕੰਮ ਆ ਭੈਣੇ, ਇਹ ਕੋਈ ਗੱਲ ਹੈ? ਦੱਸ ਆਈਆਂ ਜਾਂ ਗੱਲਾਂ ਪਿੱਛੇ ਰੁੱਸੀ ਦਾ ਹੁੰਦਾ? ਦੇਖ ਲੈ ਭੈਣੇ, ਘਰ ਚ ਨਣਦ ਭਰਜਾਈ ਦੋਨੇ, ਤੀਜਾ ਕੋਈ ਹੋਰ ਬੰਦਾ ਨਹੀਂ ਹੈ। ਹੋਰ ਕਮਲੀ ਆ ਫਿਰ, ਸੋਹਣੀ ਹੈਗੀ ਭੈਣੇ, ਸਮਝਾਈ ਮਾੜਾ ਮੋਟਾ। ਕੋਈ ਨਹੀਂ ਭੈਣੇ, ਮੈਂ ਸਮਝਾ ਕੇ ਜਾਊਂਗੀ, ਹੋਰ ਫਿਕਰ ਨਾ ਕਰ ਤੂੰ, ਮੈਂ ਕਰਦੀ ਉਹਦੀ ਤਾੜ ਫਾੜ। ਹਾਂ ਤੇਰੇ ਆਖੇ ਲੱਗ ਜੂਗੀ, ਮੇਰੇ ਆਖੇ ਲੱਗ ਜੂਗੀ, ਕੋਈ ਨਹੀਂ, ਮੈਂ ਕਹੂੰਗੀ ਆਖੇ ਲੱਗੇ ਨਾ ਲੱਗੇ। ਵੀ ਤੂੰ ਜੱਸੂ ਨਾਲ ਤਾਂ ਸਮਾਂ ਬਣਾ ਕੇ ਰੱਖਿਆ ਕਰ, ਜੱਸੂ ਤਾਂ ਵਿਚਾਰੀ ਨਰਮੇ ਵਾਲੀ ਹੈ, ਦੇਖ ਕਿਵੇਂ ਆਖੇ ਲਾ ਲੈ, ਐਵੇਂ ਲੱਗ ਜਾਂਦੀ ਹੈ। ਉਹਦਾ ਤਰਸ ਨਹੀਂ ਆਉਂਦਾ ਉਹਨੂੰ, ਵੀ ਚੱਲੇ ਮਾਂ ਪਿਓ ਵਾਰੀ ਹੈ, ਫਿਰ ਵੀ ਧੀ ਧਿਆਣੀ ਦਾ ਤਾਂ ਨਾਲੇ ਪੁੰਨ ਹੁੰਦਾ। ਉਹੀ ਤਾਂ ਗੱਲ ਹੈ ਭੈਣੇ, ਸਮਾਰ ਕੇ ਤਾੜ ਕੇ ਜਾਈ, ਤਾਂ ਹੀ ਸੱਦਿਆ ਤੈਨੂੰ ਫੋਨ ਕਰਕੇ। ਕੋਈ ਨਹੀਂ ਭੈਣੇ, ਕਹਿ ਕੇ ਜਾਊਂਗੀ, ਸਿਆਣੇ ਨਹੀਂ ਕਹਿੰਦੇ ਹੁੰਦੇ ਵੀ ਅਕਲਾਂ ਬਿਨਾਂ ਖੂਹ ਖਾਲੀ, ਅਕਲ ਨਹੀਂ ਹੈਗੀ ਉਹਨੂੰ। ਕੁਲਦੀਪ ਕਿੱਧਰ ਗਿਆ ਭੈਣੇ? ਖੇਤ ਗਿਆ ਹੋਇਆ ਭੈਣੇ, ਅੱਜ ਮੂੰਗੀ ਜੀ ਬੀਜੀ ਜਾਂਦੇ ਸੀ। ਅੱਛਾ, ਹੋਰ ਇਹ ਮੂੰਗੀ ਦਾ ਰਵਾਜ ਛੇੜ ਲਿਆ। ਸਤਿ ਸ੍ਰੀ ਅਕਾਲ ਮਸੀ। ਸਤਿ ਸ੍ਰੀ ਅਕਾਲ ਪੁੱਤ, ਠੀਕ ਹੈ? ਹਾਂ ਠੀਕ ਠਾਕ, ਵਧੀਆ। ਤੁਸੀਂ ਠੀਕ ਹੋ? ਹਾਂ ਠੀਕ ਹੈ ਪੁੱਤ, ਬਹਿ ਜਾ। ਬਹਿਗੀ? ਕਿੰਨੇ ਕੁ ਚਿਰ ਦੇ ਆਏ ਹੋ ਮਸੀ? ਖਾਸਾ ਟਾਈਮ ਹੋ ਗਿਆ। ਅੱਛਾ, ਹੋਰ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ, ਮੈਂ ਤਾਂ ਸੌਂਗੀ ਸੀ। ਚਲ ਕੋਈ ਨਹੀਂ, ਮੈਨੂੰ ਉਠਾ ਤਾਂ ਦਿੰਦੇ ਬੇਬੇ ਤੁਸੀਂ। ਚਲ ਪੁੱਤ ਸੌਂਗੀ ਤੇ ਚਲ ਵਧੀਆ ਕੀਤਾ, ਊਂ ਹੀ ਉਠਾਇਆ, ਆਵਾਜ਼ ਨਹੀਂ ਮਾਰੀ ਤੈਨੂੰ। ਅੱਛਾ, ਮੈਂ ਚਲ ਅਸੀਂ ਗੱਡੀ ਜੇ ਪੈ ਗਈਆਂ, ਮੈਂ ਚੱਲ ਪਤਾ ਹੀ ਹੋਊਗਾ ਜਦੋਂ ਪਤਾ ਲੱਗਿਆ। ਠੀਕ ਹੈ, ਹੋਰ ਮਾਸੀ ਇੱਥੇ ਸਾਰੇ ਠੀਕ ਨੇ? ਹਾਂ ਠੀਕ ਠਾਕ ਹੈ ਪੁੱਤ, ਵਧੀਆ। ਅੱਛਾ, ਚਾਹ ਪਾਣੀ ਪੀ ਲਿਆ? ਚਾਹ ਬਸ ਤਰੀ ਹੋਈ ਹੈ। ਅੱਛਾ, ਹਾਂ ਅਸੀਂ ਗੱਲਾਂ ਕਰਨ ਲੱਗ ਗਈਆਂ, ਪਾਣੀ ਪੀ ਲਿਆ ਸੀ। ਲੈ ਬੇਬੇ ਚਾਹ। ਲਿਆ ਪੁੱਤ, ਜੱਸੂ ਨੂੰ ਵੀ ਲਿਆ ਦਿੰਦੀ? ਲਿਆ ਦਿੰਦੀ ਹਾਂ। ਦੇਖ ਲੈ ਭੈਣੇ ਕਿੰਨਾ ਰੁੱਖਾ ਬੋਲਦੀ ਹੈ। ਹਾਂ ਭੈਣੇ ਸੱਚੀ ਹੈ ਤੇਰੀ ਗੱਲ, ਮਾੜਾ ਮੋਟਾ ਸਮਝਾ ਕੇ ਜਾਣੀ ਆਖੜਦੀ ਹੈ ਤਾਂ ਮੈਂ ਕੰਨ ਕਿਛੂ ਸਮਾਰ ਕੇ ਦੇ। ਹਾਂ ਮਾੜਾ ਮੋਟਾ ਕੀ ਸਮਾਰ ਕੇ ਝੰਡ ਕਰਕੇ ਜਾਉ। ਲੈ ਕੁੜੇ ਤਾਂ ਆਈ ਹੋਈ ਨੀ ਜੱਸੂ ਨੂੰ ਚਾਹ ਲੈ ਕੇ, ਸੱਚੀ ਹੋਈ। ਕੋਈ ਗੱਲ ਨੀ ਮਾਸੀ, ਮੈਂ ਅੰਦਰ ਜਾ ਕੇ ਪੀ ਲੈਣੀ ਆ, ਨਾਲੇ ਭਾਂਡੇ ਫੜਾ ਦੋ ਲੈ ਜੇ ਚਾਹ ਪੀ। ਕੋਈ ਨੀ ਪੁੱਤ, ਅੰਦਰ ਤੋਂ ਪੀ ਲੈਗੀ, ਅੰਦਰਲੀ ਤਾਂ ਕੋਈ ਗੱਲ ਨੀ, ਫਿਰ ਉਹ ਤਾਂ ਨਾ ਲੈ ਕੇ ਆਈ। ਚੱਲ ਕੋਈ ਨੀ ਮਾਸੀ, ਸਭਾਈ ਇਹੋ ਜਿਹਾ ਹੋਇਆ ਪਿਆ ਭਾਬੀ ਦਾ, ਤੂੰ ਹੀ ਮੁਸੀ ਫਿਰਦੀ ਆ ਸੁਣਦੀ ਵਾਂਗੂ। ਦੇਖ ਲੈ ਭੈਣੇ ਤੈਨੂੰ ਲੱਗ ਗਿਆ ਪਤਾ, ਹੋਰ ਐ ਕਰਦੀ ਆ ਰੋਜ਼, ਇਹੀ ਹਾਲ ਆ ਇਹਦਾ ਤਾਂ। ਫਾਇਦਾ ਨੀ ਭੈਣੇ, ਵਿਆਹ ਘੋਲੀ ਦਾ ਫਾਇਦਾ ਕੋਈ? ਕੋਈ ਪਰਿਵਾਰ ਨੀ, ਕੋਈ ਬਾਹਲਾ ਲੰਮ ਚੜਿਆ ਨੀ, ਹੈ ਜਵਾਕੜੀ ਸਵੇਰ ਨੂੰ ਬਗਾਨੇ ਘਰ ਵਗ ਜੂ। ਹੋਰ ਹੁਣ ਮੇਰੀ ਗੱਲ ਸੁਣ ਪੁੱਤ, ਮਾੜੀ ਮਾੜੀ ਗੱਲ ਤੇ ਕਲੇਸ਼ ਨੀ ਪਾਉਂਦੇ ਹੁੰਦੇ ਘਰ ਚ? ਮਾੜੀਆਂ ਮਾੜੀਆਂ ਗੱਲਾਂ ਤੇ ਕਲੇਸ਼, ਤੈਨੂੰ ਕਿਹਨੇ ਕਹਿਤਾ ਬੇਬੇ ਮੈਂ ਕਲੇਸ਼ ਪਾਉਣੀ ਆ?
ਕਿਹਾ ਤਾਂ ਪੁੱਤ ਮੈਨੂੰ ਕਿਸੇ ਨੇ ਨਹੀਂ, ਜੇ ਤੂੰ ਜੱਸੂ ਨੂੰ ਚਾਹ ਦੇ ਦਿੰਦੀ। ਕਿੱਡੀ ਕੁ ਗੱਲ ਸੀ ਭਲਾ ਇਹ? ਜੱਸੂ ਵਾਸਤੇ ਚਾਹ ਬੇਬੇ, ਮੈਨੂੰ ਪਤਾ ਹੀ ਨਹੀਂ ਸੀ ਉਹ ਬੈਠੀ ਹੈ ਤੁਹਾਡੇ ਕੋਲੇ, ਨਹੀਂ ਮੈਂ ਲਈ ਹੋਣੀ ਸੀ। ਨਹੀਂ ਪੁੱਤ, ਪਤਾ ਤਾਂ ਲੱਗੀ ਜਾਂਦਾ ਵੀ ਕਾਹਤੋਂ ਮੂੰਹ ਸਜਾਈ ਫਿਰਦੀ ਹੈ, ਪਤਾ ਤਾਂ ਮੈਨੂੰ ਤੇਰਾ ਲੱਗ ਗਿਆ ਸੀ। ਮੈਨੂੰ ਕੁਲਦੀਪ ਨੇ ਫੋਨ ਕਰਿਆ ਸੀ ਪੁੱਤ, ਤਾਂ ਹੀ ਮੈਂ ਆਈ। ਫਿਰ ਤੇਰੀ ਬੇਬੇ ਨੇ ਮੈਨੂੰ ਸਾਰੀਆਂ ਗੱਲਾਂ ਦੱਸੀਆਂ ਨੇ, ਤੂੰ ਉਹਦੇ ਸੂਟ ਪਿੱਛੇ ਲੜੀ ਹੈ। ਜੇ ਸੂਟ ਲਿਆ ਤਾਂ ਫਿਰ ਕੀ ਹੋ ਗਿਆ? ਬੇਬੇ ਤਾਂ ਉਈ ਗੱਲ ਵਧਾਈ ਜਾਂਦੇ ਆ, ਸੂਟ ਮੇਰੇ ਪਸੰਦ ਸੀ ਮੈਂ ਲੈ ਲਿਆ, ਨਾਲੇ ਕੁਲਦੀਪ ਦੀ ਉਂਗਲਾਂ ਲਾ ਕੇ ਮੇਰੇ ਤੋਂ ਸੂਟ ਖੋ ਲਿਆ, ਹਲੇ ਵੀ ਨੀ ਸ਼ਾਂਤੀ, ਨਾਲੇ ਮੈਂ ਸੂਟ ਦੇਤਾ, ਹੁਣ ਤੈਨੂੰ ਉਂਗਲਾਂ ਲਾਈ ਜਾਂਦੇ। ਦੱਸ ਪੁੱਤ, ਉਂਗਲਾਂ ਨੀ ਮੈਂ ਕਹਿੰਦੀ, ਮੈਂ ਤਾਂ ਐਂ ਕਹਿੰਦੀ ਹਾਂ ਵੀ ਬਗਾਨੇ ਘਰ ਪੱਕ ਜੂਗੀ, ਅੰਬਰੀ ਅੰਡਾ, ਮਾਂ ਪਿਓ ਬਾਹਰੀ ਹੈ, ਫਿਰ ਕੀ ਹੁੰਦਾ ਪੁੱਤ, ਪੁੰਨ ਹੁੰਦਾ, ਧੀ ਧਿਆਣੀ ਹੈ। ਫਿਰ ਵੀ ਮਾੜੀ ਮੋਟੀ ਗੱਲ ਸੋਚਿਆ ਕਰ, ਕਿੰਨਾ ਕੁ ਲੰਬ ਚੜਿਆ, ਇੱਕ ਤੇਰੀ ਸੱਸ ਹੈ, ਇੱਕ ਤੂੰ ਹੈ, ਜਾਂ ਕੁਲਦੀਪ ਹੈ, ਘਰੇ ਕਿੰਨਾ ਕੁ ਲੰਬ ਚੜਿਆ ਤੁਹਾਡੇ ਘਰੇ ਭਲਾ? ਇਹ ਤਾਂ ਬਗਾਨੇ ਘਰ ਪੱਕ ਜੂਗੀ ਜਵਾਕੜੀ। ਸੂਟ ਦੀ ਇਹ ਗੱਲ ਸੀ, ਸੂਟ ਮੈਂ ਦੇ ਵੀ ਦਿੱਤਾ, ਜੇ ਇਹਨਾਂ ਦੇ ਦਿਲ 'ਚ ਕੋਈ ਗੱਲ ਆਈ ਸੀ ਮੈਨੂੰ ਕਹਿ ਦਿੰਦੇ, ਹੁਣ ਤੈਨੂੰ ਸੱਦਿਆ। ਦੱਸ, ਤੈਨੂੰ ਪੁੱਤ ਕਿਹਾ ਸੀ ਉਹਨਾਂ ਨੇ, ਤੈਂ ਉਹਨਾਂ ਦੀ ਗੱਲ ਮੰਨੀ ਨਹੀਂ, ਫੇਰ ਹੀ ਮੈਨੂੰ ਸੱਦਿਆ ਉਹਨਾਂ ਨੇ, ਨਹੀਂ ਕੀ ਲੋੜ ਤੀ ਸੱਦਣ ਦੀ? ਤੈਨੂੰ ਸੂਟ ਪੁੱਤ ਮੈਂ ਲਿਆ ਦੂੰਗੀ, ਸੂਟਾਂ ਦਾ ਕੀ ਗੁੱਸਾ ਭਲਾ, ਸੂਟਾਂ ਦੇ ਬਾਹਲੇ ਰੁਪਏ ਲੱਗਦੇ ਨੇ। ਜਦੋਂ ਸੂਟ ਇੱਕ ਲਏ ਸੀ ਫਿਰ ਦੋ ਲਿਆਉਂਦੀ, ਉਹਨੂੰ ਨਹੀਂ ਪਤਾ ਵੀ ਮਨਦੀਪ ਮੰਗੂਗੀ ਸੂਟ? ਫਿਰ ਪੁੱਤ ਲਏ ਤਾਂ ਉਹ ਆਉਂਦੀ, ਉਹ ਦਵਾਈ ਨੂੰ ਗਈ ਸੀ, ਉਹਦੇ ਕੋਲ ਇੱਕੋ ਹੀ ਸੂਟ ਦੇ ਪੈਸੇ ਬਚੇ, ਤਾਂ ਹੀ ਉਹ ਇੱਕ ਸੂਟ ਲਿਆਈ ਆਉਂਦੀ, ਨਹੀਂ ਤੈਨੂੰ ਵੀ ਲਿਆ ਦਿੰਦੀ ਉਹ। ਫਿਰ ਕੀ ਡਰ ਹੋ ਗਿਆ ਜੇ ਲਿਆਈ ਸੂਟ ਉਹਨੂੰ ਜਵਾਕੜੀ ਨੂੰ? ਹੈਂ, ਇੰਨਾ ਸਰੀਕਾ ਨਹੀਂ ਕਰੀਦਾ ਹੁੰਦਾ। ਮੈਨੂੰ ਤਾਂ ਪੁੱਤ ਉਹ ਪਹਿਲਾਂ ਤੂੰ ਮੰਗ ਰਹਾ, ਠੀਕ ਹੈ? ਮੈਨੂੰ ਤਾਂ ਤੇਰੇ ਨਾਲੋਂ ਜ਼ਿਆਦਾ ਉਹਦਾ ਮੋਹ ਆਉਂਦਾ। ਆਹੋ ਆਹੋ, ਕਰ ਲਾ ਤੂੰ ਵੀ ਉਹਦਾ ਮੋਹ, ਆਪਦੀ ਧੀ ਨੂੰ ਛੱਡ ਕੇ ਤੂੰ ਬਗਾਨੀ ਦਾ ਕਰ ਲੈ, ਜਿਹੜੀ ਇਹਨਾਂ ਲਈ ਵੀ ਬਗਾਨੀ ਆ। ਤੂੰ ਨਾ ਪੁੱਤ ਉਹਦੇ ਨਾਲ ਵਿਤਕਰਾ ਰੱਖਿਆ ਕਰ, ਜਦੋਂ ਉਹ ਤੇਰੇ ਨਾਲ ਨਹੀਂ ਫਰਕ ਰੱਖਦੀ ਫਿਰ ਤੂੰ ਕਿਉਂ ਰੱਖਦੀ ਉਹਦੇ ਨਾਲ? ਬਾਕੀ ਤੈਨੂੰ ਉਹ ਮੰਦਾ ਚੰਗਾ ਨਹੀਂ ਬੋਲਦੀ, ਜਦੋਂ ਉਹ ਉਹਨਾਂ ਨੇ ਮੋਹ ਨਾਲ ਪਾਲੀ ਹੈ ਫਿਰ ਪੁੱਤ ਤੂੰ ਕਿਉਂ ਬੁਰਾ ਕਹਾਉਣੀ ਹੈ? ਤੂੰ ਵੀ ਨਾ ਉਹਦੇ ਬਾਰੇ ਸੋਚਿਆ ਕਰ ਕੁਛ। ਬੇਬੇ ਫਰਕ ਦੀ ਗੱਲ ਤਾਂ ਤੂੰ ਨਾ ਕਰ, ਜੇ ਫਰਕ ਨਾ ਹੁੰਦਾ ਸੂਟ ਉਹਨੇ ਪਾ ਲਿਆ ਜਾਂ ਮੈਂ ਪਾ ਲਿਆ, ਗੱਲ ਤਾਂ ਇੱਕੋ ਹੀ ਸੀ, ਇਹਨੇ ਨਾ ਕੁਲਦੀਪ ਨੂੰ ਉਂਗਲਾਂ ਲਾ ਕੇ ਮੇਰੇ ਤੋਂ ਸੂਟ ਖੋ ਲਿਆ। ਮਨਦੀਪ, ਤੂੰ ਤਾਂ ਉਸ ਗੱਲ ਤੇ ਆਉਂਦੀ ਨੀ ਪੁੱਤ, ਜਿਹੜੀ ਤੈਨੂੰ ਮੈਂ ਸਮਝਾਉਣੀ ਆ। ਮੇਰੀ ਗੱਲ ਤਾਂ ਤੈਨੂੰ ਕੌੜੀ ਲੱਗਦੀ ਹੈ, ਜਦੋਂ ਇਹਨਾਂ ਨੇ ਕਿਹਾ ਨਾ ਫਿਰ ਤੂੰ ਸਮਝੇਂਗੀ, ਹੁਣ ਹੀ ਤੂੰ ਸਮਝਦੀ। ਇਹਨਾਂ ਨੇ ਕੋਈ ਤੇਥੋਂ ਦੂਸਰ ਕਰਕੇ ਨਹੀਂ ਲਿੱਤਾ ਪੁੱਤ ਸੂਟ, ਉਹ ਤਾਂ ਪੁੱਤ ਉਹਨਾਂ ਨੇ ਐਂ ਲੈ ਲਿਆ ਵੀ ਜੱਸੂ ਦੇ ਮਨ 'ਚ ਫਰਕ ਨਾ ਜਾਵੇ ਵੀ ਮੇਰੀ ਭਾਬੀ ਪਤਾ ਨਹੀਂ ਮੇਰੇ ਨਾਲ ਸਰੀਕਾ ਕਰਦੀ ਹੈ। ਤਾਂ ਤੈਨੂੰ ਸਮਝਾਉਂਦੀ ਹਾਂ ਪੁੱਤ ਮੈਂ, ਤੂੰ ਸਿਆਣੀ ਬਣ ਜਾ, ਤੇਰਾ ਘਰ ਖਰਾਬ ਹੋ ਜੂ ਧੀ ਇਹਨਾਂ ਗੱਲਾਂ 'ਚ। ਬੇਬੀ ਤੂੰ ਵੀ ਕਮਾਲ ਕਰੀ ਜਾਂਦੀ ਆ, ਮੇਰੀ ਮਾਂ ਹੋ ਕੇ ਤੂੰ ਉਹਨਾਂ ਦੀ ਸਾਈਡ ਲਈ ਜਾਂਦੀ ਆ। ਮੈਂ ਤਾਂ ਪੁੱਤ ਤੈਨੂੰ ਤਾਂ ਸਮਝਾਉਂਦੀ ਸੀ ਵੀ ਇਦੋਂ ਬਾਅਦ ਤੇਰੀ ਕੋਈ ਸ਼ਿਕਾਇਤ ਨਹੀਂ ਆਉਣੀ ਚਾਹੀਦੀ ਮੇਰੇ ਤਾਈ। ਜੇ ਹੁਣ ਤੇਰੇ ਭਾਈ ਨੂੰ ਪਤਾ ਲੱਗ ਗਿਆ, ਹਜੇ ਤਾਂ ਮੈਨੂੰ ਹੀ ਪਤਾ ਹੈ, ਫਿਰ ਉਹ ਐ ਨਹੀਂ ਪਤਾ ਕੀ ਬੋਲੂਗਾ, ਉਹਦਾ ਸੁਭਾਅ ਬਹੁਤ ਰੁੱਖਾ ਹੈ, ਨਾਲੇ ਤੈਨੂੰ ਪਤਾ ਹੈ ਤੇਰੇ ਭਰਾ ਦੇ ਸੁਭਾਅ ਦਾ, ਐ ਨਹੀਂ ਪਤਾ ਫਿਰ ਉਹ ਕੀ ਕਰਦੇ। ਨਾ ਨਾ ਬੇਬੇ, ਬਾਈ ਨੂੰ ਨਾ ਦੱਸੀ, ਕੋਈ ਗੱਲ ਨਹੀਂ, ਮੈਂ ਤੇਰੀ ਗੱਲ ਤੇ ਨਾ ਗੌਰ ਕਰੂੰਗੀ। ਚੱਲ ਭੈਣੇ ਆ ਗਿਆ, ਚੱਲ ਗਰੀਬੇ ਆ ਰਹੀ ਹੈ, ਆ ਗਿਆ, ਚੱਲ ਠੀਕ ਹੈ, ਮਿਲ ਜੂਗਾ, ਮੈਨੂੰ ਮਿਲ ਜੂਗਾ ਜੀ। ਸਤਿ ਸ੍ਰੀ ਅਕਾਲ ਬੇਬੀ। ਸਤਿ ਸ੍ਰੀ ਅਕਾਲ ਪੁੱਤ, ਠੀਕ ਹੈ? ਹਾਂ ਠੀਕ ਠਾਕ, ਵਧੀਆ। ਟਾਈਮ ਬਾਲਾ ਹੀ ਲਾਤਾ, ਉਹ ਮੂੰਗੀ ਬੀਜਣ ਲੱਗ ਗਈ, ਟਰੈਕਟਰ ਮਿਲ ਗਿਆ। ਅੱਛਾ, ਹੋਰ ਮਹਾ ਚੱਲ ਬੀਜ ਹੀ ਦੇਵਾਂ। ਚੱਲ ਚੱਲ ਵਧੀਆ, ਚੰਗੀ ਗੱਲ ਹੈ। ਹਾਂ ਬੀਜਿਆ ਮੈਂ। ਚੱਲ ਚੰਗੀ ਗੱਲ। ਹੋਰ ਬੇਬੇ ਠੀਕ ਠਾਕ ਸੀ ਸਾਰੇ? ਹਾਂ ਠੀਕ ਹੈ। ਹੋਰ ਬੇਬੇ ਕਿੰਨਾ ਕੁ ਟਾਈਮ ਹੋ ਗਿਆ ਆਈ ਨੂੰ? ਮੈਂ ਤਾਂ ਪੁੱਤ 11 ਵਜੇ ਦੀ ਆਈ ਹੋਈ ਹਾਂ, ਮੈਂ ਤਾਂ ਹੁਣ ਜਾਂਦੀ ਸੀ, 3 ਵਜ ਗਏ ਹੁਣ, ਮੈਂ ਕਿਹਾ 3 ਵਾਲੀ ਸਵਾ 3 ਵਾਲੀ ਬੱਸ ਮਿਲ ਜੂਗੀ ਮੈਨੂੰ। ਅੱਛਾ ਹਾਂ, ਚੰਗਾ ਹੋ ਗਿਆ ਤੂੰ ਆ ਗਿਆ ਮਿਲ ਗਿਆ, ਟਾਈਮ ਬਾਲਾ ਹੀ ਲਾਤਾ ਤੈਂ, ਫਿਰ ਮੂੰਗੀ ਮੰਗੀ ਲੱਗ ਗਿਆ ਨਾ ਵੱਜਣ। ਮੂੰਗੀ ਦਾ ਬੇਬੇ ਰੇਟ ਵਧੀਆ ਫਿਰ, ਹੈਂ 30,000 ਰੁਪਈਆ ਦੇ ਕਿੱਲੇ ਨੂੰ ਵੇਚ ਜਾਂਦੀ ਹੈ, ਵਧੀਆ ਕੁਛ ਮੱਕੀ ਕੁਛ ਮੂੰਗੀ, ਹੁਣ ਤਾਂ ਇਹੀ ਚੱਲਦਾ, ਸਾਰੀ ਵੇਚਦੇ ਨੇ ਹੁਣ ਤਾਂ। ਸਹੀ ਗੱਲ ਹੈ। ਹੋਰ ਹੋਰ ਭੈਣੇ, ਉਹ ਜੀਰੀ ਲਾਵਾਂਗੇ ਜਿਹੜੀ 26 ਜੀ ਕਹਿੰਦੇ ਨੇ ਲੇਟ ਵਾਲੀ। ਇਹ ਤਾਂ ਭੈਣੇ 26 ਜੀਰੀ ਤਾਂ ਹਰੇਕ ਹੀ ਲਾਊਗਾ ਨਾ ਹੁਣ, ਇਹ ਤਾਂ ਹੁਣ ਭਗਵੰਤ ਮਾਨ ਨੇ ਕਹਿਤਾ ਕਿ ਊਸਾ ਬੀਜੋ ਨਾ ਵੀ ਪਾਣੀ ਡੂੰਘੇ ਹੋ ਗਏ, ਹੁਣ ਮਹੀਨੇ ਦਾ ਫਰਕ ਪੈ ਜੂਗਾ, ਮਹੀਨੇ 'ਚ ਕਿੰਨਾ ਪਾਣੀ ਖਿੱਚਿਆ ਜਾਊਗਾ ਧਰਤੀ 'ਚੋਂ।
ਬਹੁਤ ਫਰਕ ਪੈ ਜੂ। ਹਾਂ ਭੈਣੇ ਸਹੀ ਗੱਲ ਹੈ। ਹਾਂ ਗੱਲ ਤਾਂ ਖੈਰ ਉਹ ਚੰਗੀ ਕਰਦਾ, ਫਿਰ ਤਾਂ ਵੀ ਹੁਣ ਆਪਣੇ ਵਰਗੇ ਜ਼ਿਮੀਦਾਰ ਆਪਾਂ ਸਾਰੇ ਹੀ ਲਾ ਲੈ, ਹਟਦਾ ਨੀ ਕੋਈ ਬੀਜਣੋ, ਫਿਰ ਵੀ ਪੌਦਾ ਸਿੱਟੀ ਜਾਂਦੇ ਨੇ ਲੋਕ। ਹਾਂ ਭੈਣੇ ਬਲਾਈ ਸਿੱਟੀ ਜਾਂਦੇ। ਹੋਰ ਦੇਖੋ ਹੁਣ ਕੀ ਬਣਦਾ, ਉਧਰੋਂ ਵੋਟਾਂ ਦਾ ਮਸਲਾ ਮੂਹਰੇ। ਚਲੋ ਭਾਈ ਜਿਵੇਂ ਬਣੂਗਾ ਸਾਰਿਆਂ ਨਾਲ ਹੀ। ਵਧੀਆ ਹੋ ਗਿਆ ਕੁਲਦੀਪ ਤੂੰ ਆ ਗਿਆ, ਮਿਲਜੇਗਾ ਮੈਨੂੰ, ਨਹੀਂ ਮੈਂ ਤਾਂ ਵਗ ਜਾਂਦੀ ਹੁਣ। ਲੈ ਬੇਬੇ ਹੁਣ ਕਿੱਥੇ ਜਾਵੇਂਗੀ, ਹਜੇ ਆਥਣ ਤਾਂ ਹੋਇਆ ਪਿਆ, ਹੁਣ ਕੋਈ ਟਾਈਮ ਹੈ ਜਾਣ ਦਾ? ਤੜਕੇ ਵਗ ਜੀ। ਪੁੱਤ ਸਰਦਾ ਨਹੀਂ ਹੈਗਾ ਘਰੇ, ਹੁਣ ਤਾਂ ਤੂੰ ਮੈਨੂੰ ਚੜਾਈ ਆਈ। ਬਾਕੀ ਮੇਰੀ ਗੱਲ ਸੁਣ, ਮੈਂ ਮਨਦੀਪ ਸਮਝਾਤੀ, ਹੁਣ ਉਹਦੀ ਕੋਈ ਸ਼ਿਕਾਇਤ ਨਹੀਂ ਆਊਗੀ, ਠੀਕ ਹੈ? ਠੀਕ ਹੈ। ਹਾਂ ਮੈਂ ਪੂਰੀ ਤਾੜ ਫੜ ਕਰਤੀ ਉਹਦੀ, ਠੀਕ ਹੈ, ਹੁਣ ਉਹ ਕੁਛ ਨਹੀਂ ਕਹੂਗੀ ਤੁਹਾਡੇ ਪਰਿਵਾਰ 'ਚ। ਬਸ ਲੋਟ ਹੈ, ਵਧੀਆ ਕੀਤਾ। ਹਾਂ ਲੈ ਕੁਲਦੀਪ ਮੈਨੂੰ ਚੜਾਇਆ ਪੁੱਤ, ਫਿਰ ਹੁਣ ਮਨਦੀਪ ਮੇਰਾ ਲਿਫਾਫਾ ਜਾ ਲਿਆ ਕੇ ਦੇਈ ਪੁੱਤ, ਇੱਥੇ ਪਿਆ ਦਵਾਈ ਵਾਲਾ। ਬੇਬੇ ਦਵਾਈ ਲੈ ਕੇ ਆਈ ਮਾਨਸਾ ਤੋਂ? ਹਾਂ ਦਵਾਈ ਲੈ ਕੇ ਆਈ ਸੀ। ਹੋਰ ਹੁਣ ਤਾਂ ਰਹਿ ਪੈਂਦੀ ਬੇਬੇ, ਕਵੇਲਾ ਹੋ ਰਿਹਾ ਸੀ। ਕੋਈ ਨੀ ਹੁਣ ਵਗ ਜੂਗੀ ਪੁੱਤ, ਕੁਛ ਨੀ ਹੁੰਦਾ, ਕਵੇਲਾ ਕਬੂਲਾ। ਚੰਗਾ ਭੈਣੇ, ਚੰਗਾ ਕਿਹਾ ਤੀ ਬੇਬੇ ਨੂੰ, ਮੈਂ ਨਹੀਂ ਸਰਦਾ ਨਹੀਂ। ਸਰਦਾ ਨਹੀਂ ਪੁੱਤ, ਜੇ ਸਰਦਾ ਹੁੰਦਾ ਮੈਂ ਰਹੀ ਜਾਂਦੀ। ਚਲ ਕੋਈ ਨਾ, ਚੰਗਾ ਭੈਣੇ ਹੈ, ਚੰਗਾ। ਹਾਂ ਮੈਨੂੰ ਕੁਲਦੀਪ ਚੜਾਇਆ ਹੋਊਗਾ, ਚੜਾਇਆ। ਚੱਲ ਪੁੱਤ ਤੂੰ ਚੜਾਇਆ ਮੈਨੂੰ, ਚੜਾਇਆ। ਚੰਗਾ ਪੁੱਤ, ਚੰਗਾ ਬੇਬੇ, ਠੀਕ ਰਹੀ ਹੁਣ, ਵਧੀਆ ਸਹੀ ਰਹਿਣਾ। ਆ ਜਾ ਪੁੱਤ ਚੜਾਇਆ, ਹੋਰ ਟਾਈਮ ਨਾਲ ਵਗ ਜੂੰਗੀ, ਬਾਹਰੇ ਆ ਕੇ ਬੈਠੂੰਗੀ। ਆ ਜਾ ਜੱਸੋ, ਕਿੱਧਰ ਵਗ ਗਈ ਸੀ ਬੇਬੇ? ਬੇਬੇ ਨੂੰ ਮਿਲਣ ਵੀ ਨਹੀਂ ਆਈ ਉਹ। ਤੇਰੇ ਤਾਈ ਕੇ ਘਰੇ ਵਗ ਗਈ ਸੀ ਪੁੱਤ, ਤੇਰੇ ਤਾਈ ਨੂੰ ਕੋਈ ਕੰਮ ਹੋਊਗਾ, ਉਹਨੇ ਬੋਲ ਮਾਰ ਲਈ। ਅੱਛਾ ਅੱਛਾ, ਇੰਨੀ ਤਾਂ ਗਰਮੀ ਹੋ ਰਹੀ ਹੈ ਬੇਬੇ, ਘਰੇ ਨਹੀਂ ਬੈਠ ਸਕਦੀ, ਕੀ ਲੋੜ ਆ ਲੋਕਾਂ ਦੇ ਕੰਮ ਕਰਾਉਣ ਦੀ? ਐਂ ਤਾਂ ਪੁੱਤ ਮੈਨੂੰ ਪੁੱਛ ਕੇ ਗਈ ਹੈ ਵੀ ਚੱਲ ਤਾਈ ਨੇ ਬੋਲ ਮਾਰਨਾ, ਮੈਂ ਵਗ ਜਾ। ਮੈਂ ਕਿਹਾ ਪੁੱਤ ਵਗ ਜਾ, ਚੱਲ ਬੁੜੇ ਹੱਡ ਨੇ, ਤੇਰੀ ਤਾਈ ਤੋਂ ਕੰਮ ਨਹੀਂ ਹੁੰਦਾ। ਨਾ ਪੰਮੀ ਕਿੱਧਰ ਵਗ ਗਈ, ਆਪਣੇ ਵਾਲੀ ਉਹਦੀ ਵਗ ਜਾਂਦੀ ਹੈ, ਉੱਧਰ ਪੰਮੀ ਕਦੇ ਆਈ ਆ ਨਾ ਤਾਈ ਨੇ ਕਦੇ ਭੇਜੀ ਆ ਉਹ। ਕੋਈ ਗੱਲ ਨਹੀਂ ਪੁੱਤ, ਉਹ ਤਾਂ ਤੇਰੀ ਤਾਈ ਨੇ ਤਾਂ ਸੱਦ ਲਈ, ਪੰਮੀ ਆਪਦੇ ਨਾਨਕੀ ਵਗ ਗਈ, ਕੱਲ ਉਹਦਾ ਮਾਮਾ ਆਇਆ ਸੀ। ਅੱਛਾ ਚੱਲ ਠੀਕ ਆ ਬੇਬੇ, ਚਾਹ ਬਣਾਵਾਂ ਥੋੜੀ ਜਿਹੀ ਤੈਨੂੰ? ਬਣਾ ਲੈ ਪੁੱਤ ਥੋੜੀ ਜਿਹੀ। ਠੀਕ ਆ, ਹੋਰ ਚੱਲੀਏ ਮਾਂ, ਪਰ ਕੀ ਲਿਮਟ ਆ? ਹਾਂ ਵਗ ਚੱਲਦੇ ਪੁੱਤ, ਛੁੱਟੀ ਛਾਟੀ ਤਾਂ ਨਹੀਂ ਅੱਜ? ਨਾ ਛੁੱਟੀ ਕੋਈ ਨਹੀਂ, ਫੋਨ ਕਰਕੇ ਪੁੱਛ ਲੈਦੀ ਮੈਂ। ਅੱਛਾ ਹਾਂ, ਵਿਆਜ ਵਿਆਜ ਭਰਾਉਣਗੇ ਕਿਵੇਂ? ਪੁੱਛ ਲਾਂਗੇ ਮਾਂ ਜੀ, ਵਿਆਜ ਭਰਾ ਲਿਆ ਤਾਂ ਬਾਲੀ ਵਧੀਆ ਗੱਲ ਹੈ। ਅੱਛਾ ਆਪਣਾ ਵੀ ਹੋਰ ਡੰਗ ਲੈ ਜੂਗਾ। ਹਾਂ ਮਾਂ ਜੀ, ਫਿਰ ਭਰਨੀ ਪਊ ਭਾਈ। ਚੱਲ ਮਿਲ ਜਾਣਗੇ, ਕੋਈ ਗੱਲ ਨਹੀਂ ਫਿਰ। ਹਾਂ 1,30,000 ਭਰਨਾ ਪਊ। ਠੀਕ ਹੈ, ਚੱਲ ਕੋਈ ਨਹੀਂ ਫਿਰ, ਗਿਣ ਕੇ ਪਾਈਏ ਪੈਸੇ ਆਪਾਂ। ਹੋਰ ਆ ਜਾ, ਚੱਲ ਹੁਣ ਤਾਂ ਫਿਰ ਭੀੜ ਵਾਲੀ ਹੋ ਜਾਂਦੀ ਹੈ। ਹੋਰ ਸਮਾਰ ਕੇ ਗਣ ਲੈ ਪੁੱਤ, ਮੈਨੂੰ ਇੰਨਾ ਪਤਾ ਨਹੀਂ ਹੈਗਾ। ਕੋਈ ਨਹੀਂ ਕੋਈ। ਓਹੋ ਨੱਤੇ ਦਾ ਤਾਂ ਪੂਰਾ ਫਾਇਦਾ ਨਹੀਂ ਹੈਗਾ, ਉਹਦੀ ਮੁੱਠ ਆ ਜਾਂਦਾ। ਭਾਬੀ ਮੇਰੇ ਸੂਟ ਕਿਹੋ ਜਿਹਾ ਲੱਗਦਾ? ਸੂਟ ਦੀ ਗੱਲ ਤਾਂ ਬਾਅਦ ਚੋਂ ਕਰੀ ਨਾ, ਤੈਨੂੰ ਐ ਨਹੀਂ ਪਤਾ ਪੀਣਾ ਘਰ ਨਾਲ ਪਿਆ ਪਾ ਕੇ ਨਵਾਂ ਸੂਟ ਬਹਿ ਗਈ ਹੈ ਮੇਰੇ ਸਿਰਾਣੇ। ਭਾਬੀ ਜੇ ਪੀਣਾ ਕਰਨਾ ਸੀ ਤੂੰ ਮੈਨੂੰ ਪਹਿਲਾਂ ਦੱਸ ਦਿੰਦੀ, ਮੈਂ ਨਾ ਨਹਾਉਂਦੀ ਠਹਿਰ ਕੇ ਨਹਾ ਲੈਂਦੀ। ਹੁਣ ਜਦੋਂ ਮੈਂ ਨਹਾ ਲਈ ਮੈਨੂੰ ਐ ਸੀ 10 ਮਿੰਟ ਆਰਾਮ ਕਰਾਂਗੇ, ਹੁਣ ਤੂੰ ਕਹਿੰਦੀ ਪੀਣਾ ਕਰਨਾ। ਨਾ ਤੂੰ ਨਹਾਉਣ ਮੈਨੂੰ ਪੁੱਛ ਕੇ ਗਈ ਸੀ ਵੀ ਭਾਬੀ ਸਾਰੇ ਕੰਮ ਹੋ ਗਏ, ਮੈਂ ਹੁਣ ਨਹਾਇਆ ਵਾ, ਫਿਰ ਮੈਂ ਤੈਨੂੰ ਦੱਸ ਦਿੰਦੀ ਵੀ ਬਈ ਪੀਣਾ ਕਰਨ ਵਾਲਾ ਪਿਆ ਵਾ। ਭਾਬੀ ਹੁਣ ਨਹਾਉਣਾ ਵੀ ਪੁੱਛ ਕੇ ਪਊਗਾ, ਮੇਰੇ ਹਿਸਾਬ ਨਾਲ ਤਾਂ ਸਾਰੇ ਕੰਮ ਨਿਬੜ ਗਏ ਸੀ, ਮੈਨੂੰ ਕੀ ਪਤਾ ਹੁਣ ਪੀਣਾ ਕਰਨ ਵਾਲਾ ਪਿਆ। ਭਾਬੀ ਹੁਣ 8 ਵਜੇ ਕਰ ਲਾਂਗੇ ਪੀਣਾ, ਹੁਣ ਤਾਂ ਮੈਂ ਨਹਾਤੀ ਨਹੀਂ ਆ, ਘੰਟਾ 2 ਘੰਟੇ ਆਰਾਮ ਕਰ ਲਾਂ, ਨਾਲੇ ਬਾਹਰ ਤਾਂ ਦੇਖ ਲੈ ਕਿੰਨੀ ਗਰਮੀ ਆਗੀ, ਇੰਨੀ ਧੁੱਪ 'ਚ ਮੈਂ ਕਿਵੇਂ ਕਰੂੰਗੀ ਪੀਣਾ? ਅੰਦਰ ਪੱਖਾ ਲਾ ਕੇ ਕਰ ਲਾ, ਬਾਹਰ ਨਹੀਂ ਕਹਿੰਦੀ ਮੈਂ ਤੈਨੂੰ ਧੁੱਪੇ ਕਰਨ ਨੂੰ ਪੀਣਾ। ਭਾਬੀ ਅੰਦਰ ਜੇ ਪੱਖਾ ਚਲਾਉਂਗੀ ਸਾਰੇ ਕਮਰੇ 'ਚ ਗਰਦ ਪੈ ਜੂਗੀ, ਫਿਰ ਕਮਰਾ ਝਾੜਦੀ ਕਮਰਾ ਜਾ ਨੋਕਾ ਆ। ਲੈ ਭਾਬੀ ਜੇ 2 ਘੰਟੇ ਆਪਾਂ ਖੜ ਜਾਂਗੇ ਫਿਰ ਕਿੱਡੀ ਕੁ ਗੱਲ ਹੈ, ਉਹੀ ਟਾਈਮ ਮੈਂ ਸਾਫ਼ ਸਫਾਈ ਤੇ ਲਾ ਦੂੰਗੀ ਕਮਰੇ ਦੀ। ਤੇ ਤੂੰ ਨਾ ਮੇਰੇ ਨਾਲ ਜਵਾਨ ਨਾ ਲੜਾਇਆ ਕਰ, ਜਿਹੜਾ ਤੈਨੂੰ ਮੈਂ ਕੰਮ ਕਹਿਤਾ ਨਾ ਸਿੱਧੀ ਹੋ ਕੇ ਕੰਮ ਕਰ ਲਿਆ ਕਰ। ਜਵਾਨ ਨਹੀਂ ਲੜਾਉਂਦੀ ਭਾਬੀ, ਮੈਂ ਤੂੰ ਸਹੀ ਗੱਲ ਕਰਦੀ ਨਹੀਂ। ਆ ਹੁਣ ਕੀ ਕਰਦੀ ਆ ਤੂੰ, ਜਵਾਨ ਹੀ ਲੜਾਈ ਜਾਂਦੀ ਆ, ਫਿਰ ਮੈਂ 2 ਘੰਟੇ ਠਹਿਰ ਕੇ ਕਰ ਦੂੰਗੀ।
ਜਿਹੜਾ ਤੈਨੂੰ ਮੈਂ ਕੰਮ ਕਹਿਤਾ ਨਾ ਸਿੱਧੀ ਹੋ ਕੇ ਕੰਮ ਕਰ ਲਾ, ਫਿਰ ਮੇਰੇ ਤੋਂ ਹੋਰ ਟੱਪੇ ਸੁਣੇਗੀ ਤੂੰ। ਭਾਬੀ ਟੱਪੇ ਸੁਣਾਉਣ ਨੂੰ ਮੈਂ ਤੈਨੂੰ ਕੀ ਕਹਿੰਦੀ ਆ, ਮੈਂ ਤਾਂ ਤੈਨੂੰ ਐਂ ਕਹਿੰਦੀ ਆ ਵੀ 2 ਘੰਟੇ ਠਹਿਰ ਕੇ ਕਰ ਦੂੰਗੀ ਮੈਂ ਪੀਣਾ। ਭਾਬੀ ਜਦੋਂ ਬਾਈ ਤੇ ਬੇਬੇ ਘਰੇ ਹੁੰਦੇ ਉਦੋਂ ਤਾਂ ਤੂੰ ਮੈਨੂੰ ਕੁਛ ਕਹਿੰਦੀ ਨੀ, ਜਦੋਂ ਉਹ ਘਰੇ ਨੀ ਹੁੰਦੇ ਉਦੋਂ ਤੈਨੂੰ ਕੰਮ ਯਾਦ ਆ ਜਾਂਦੇ ਨੇ। ਨਾ ਉਹਨਾਂ ਦਾ ਕੋਈ ਮੈਨੂੰ ਜ਼ਿਆਦਾ ਡਰ ਮਾਰਿਆ ਵੀ ਉਹਨਾਂ ਦੇ ਹੁੰਦੇ ਮੈਂ ਤੈਨੂੰ ਕੰਮ ਨੂੰ ਨੀ ਕਹਿੰਦੀ। ਕਮਾਲ ਕਰੀ ਜਾਨੀ ਭਾਬੀ ਅੱਜ ਤਾਂ ਤੂੰ ਜਮੀ, ਪਤਾ ਨੀ ਮੈਂ ਨਵਾਂ ਸੂਟ ਪਾ ਲਿਆ ਤਾਂ ਕਰਕੇ ਗਾਂਹੀ ਕਰੀ ਜਾਨੀ। ਮੈਨੂੰ ਤੇਰੇ ਸੂਟ ਦਾ ਕੋਈ ਨੀ, ਇਹੋ ਜਿਹੇ ਮੈਂ 10 ਖਰੀਦ ਲਾ ਨਾ, ਹੁਣ ਤੇਰੇ ਹੁੰਦੇ ਸੀ ਕੰਮ ਵਾਲੀ ਬਾਹਰੋਂ ਲਿਆਈਏ। ਲੈ ਭਾਬੀ ਹੁਣ ਤੂੰ ਮੈਨੂੰ ਕੰਮ ਵਾਲੀ ਨਾਲ ਲਾ ਤਾ, ਜੇ ਅੱਜ ਮੇਰੇ ਮਾਂ ਪਿਓ ਜਿਉਂਦੇ ਹੁੰਦੇ ਮੈਨੂੰ ਇਹ ਗੱਲ ਸੁਣਨੀ ਨਹੀਂ ਸੀ ਪੈਂਦੀ, ਇਹਦਾ ਮਤਲਬ ਤੂੰ ਮੈਨੂੰ ਬਗਾਨੀ ਸਮਝਦੀ ਆ। ਨਾਲੋ ਜੰਮੀ ਤਾਂ ਤੂੰ ਹੈ ਵੀ ਨੀ ਮੇਰੇ ਤੋਂ, ਨਾਲੇ ਜ਼ਿਆਦਾ ਉਮੀਦ ਨਾ ਰੱਖੀ, ਕੱਪੜੇ ਬਦਲ ਤੇ ਪੀਣਾ ਕਰ, ਸੁਣ ਗਈ ਗੱਲ ਤੈਨੂੰ? ਲੈ ਤਾਂ ਹੀ ਭਾਬੀ ਨੇ ਕਦੇ ਮੈਨੂੰ ਆਪਦਾ ਨਹੀਂ ਸਮਝਿਆ, ਮੈਨੂੰ ਬਗਾਨੇ ਹੀ ਸਮਝਦੀ ਰਹੀ ਆ। ਜੇ ਅੱਜ ਮੇਰੇ ਮਾਂ ਪਿਓ ਹੁੰਦੇ ਅੱਜ ਇਹ ਦਿਨ ਨਹੀਂ ਦੇਖਣੇ ਪੈਂਦੇ ਸੀ ਮੈਨੂੰ। ਕੀ ਕਰੀ ਜਾਂਦੀ ਸੂ? ਪੀਣਾ ਕਰਕੇ ਹਟੀ ਆ ਬਾਈ। ਪੀਣਾ ਕਰਕੇ ਹਟੀ ਆ? ਹਾਂ, ਕੱਲ ਤਾਂ ਮੈਂ ਧਰ ਕੇ ਆਇਆ ਪੀਣਾ। ਹੈਂ? ਕੱਲ ਤਾਂ ਮੈਂ ਧਰ ਕੇ ਆਇਆ, ਕੀ ਲੱਗਿਆ ਤੈਨੂੰ? ਮੈਨੂੰ ਤਾਂ ਬਾਈ ਭਾਬੀ ਕਹਿੰਦੀ ਕਿ ਆਟਾ ਮੁੱਕਿਆ ਪਿਆ, ਅੱਗੇ ਹੈ ਨੀ ਆਥਣ ਨੂੰ, ਤਾਂ ਕਰਨ ਲੱਗ ਗਈ ਮੈਂ ਤਾਂ। ਭਾਬੀ ਵੀ ਮਗਰੋਂ ਤੇਰੇ ਤੇ ਨੰਬਰਦਾਰੀ ਉਈ ਕਰੀ ਜਾਂਦੀ ਰਹਿੰਦੀ ਆ, ਮੈਂ ਦੇਖਦਾ ਕਰਦਾ ਉਹਦੇ ਨਾਲ ਗੱਲ ਕੋਈ। ਕੱਲ ਤਾਂ ਧਰ ਕੇ ਆਇਆ ਆਟਾ ਵਾ, ਏਡਾ ਕੀ ਇਹ ਬੁੱਗਰ ਕਾ ਟੱਬਰ ਹੈ? ਮੈਨੂੰ ਤਾਂ ਪਤਾ ਨਹੀਂ ਸੀ ਬਾਈ ਫਿਰ। ਚੱਲ ਕੋਈ ਨੀ, ਤੇਰੇ ਤਾਂ ਕੀ ਸਾਰਾ, ਪਾਣੀ ਤਾਂ ਨੀ ਪੀ ਲਾ, ਉਧਰ ਗਰਮੀ ਆ ਕਮਲੀ, ਗਰਮੀ ਤੇ ਰੇਟ ਕਿੰਨੀ ਆ? ਕੱਲ ਤਾਂ ਧਰ ਕੇ ਆਇਆ, ਪਤੀ ਨੀ ਯਾਰ ਕੀ ਹੋਈ ਜਾਂਦਾ ਰਹਿੰਦਾ ਘਰ ਚ, ਅੱਧਾ ਘੰਟਾ ਪਰਾਂ ਵਗ ਗਿਆ। ਕੀ ਗੱਲ ਹੋ ਗਈ, ਬੁੜਬੁੜ ਕਰਦਾ ਹੁਣ? ਐ ਕੀ ਗੱਲ ਹੋਣੀ ਤੀ ਬੇਬੇ? ਉਹ ਜਸਪ੍ਰੀਤ ਨੂੰ ਪੀਣਾ ਕਰਨ ਲਾ ਰੱਖਿਆ ਲੈ। ਅੱਛਾ, ਦੁਪਹਿਰੇ 12 ਵਜੇ ਪਏ ਨੇ, ਕੱਲ ਮੈਂ ਧਰ ਕੇ ਆਇਆ ਪੀਣਾ ਨਾਲੇ। ਤਾਂ ਹੀ ਚੁੱਪ ਜਿਹਾ ਕਰਕੇ ਲੰਘ ਗਈ, ਕਿੱਧਰ ਵਗ ਗਈ ਜਸਪ੍ਰੀਤ? ਹੱਥ ਪੈਰ ਧੋਣ ਗਈ ਹੋਊਗੀ ਫਿਰ। ਆਹੋ, ਪੁੱਛਦਾ ਹੁਣ ਸਾਰੀ ਗੱਲ ਕਿਹਨੇ ਕਿਹਾ ਤੈਨੂੰ ਵੀ, ਆਪੇ ਤਾਂ ਲੱਗੀ ਨੀ ਹੋਣੀ ਮੈਨੂੰ ਪਤਾ। ਆਪੇ ਤਾਂ ਨੈਣੀ ਨੂੰ ਕਿੱਥੇ ਔੜਦੀ ਐ। ਹਾਂ, ਨਾ ਉਸੇ ਨੇ ਕਿਹਾ ਹੋਊਗਾ, ਕਰਦੀ ਐ ਫੁੰਦਰਾਂ ਦੀਆਂ ਇਹ, ਕਰਦੀ ਐ ਵੈਰ ਤਾਂ ਆਪਣੇ ਬਾਅਦ ਚ ਹਨਾ। ਚੱਲ ਕੋਈ ਨੀ, ਪਹਿਲਾਂ ਤੂੰ ਉਹਨੂੰ ਨਾ ਪੁੱਛੀ, ਆਪਾਂ ਜੱਸੂ ਨੂੰ ਪੁੱਛਦੇ ਆ। ਠੀਕ ਐ, ਆ ਜਾਣ ਦੇ ਉਹਨੂੰ ਹੱਥ ਧੋ ਕੇ। ਠੀਕ ਆ ਮਾਂ, ਲੈ ਆ ਗਈ ਜੱਸੂ ਨੂੰ ਪੁੱਛਦੇ ਆ। ਚੱਲ ਲੈ ਉਰੇ ਰਾ ਜੱਸੂ, ਬਹਿ ਜਾ ਬਾਈ, ਬਹਿ ਜਾ ਪੁੱਤ ਉਰੇ। ਹੋਰ ਕਮਲੀ ਦੁਪਹਿਰੇ ਮੰਡੀ ਪਈ ਐ ਜਵਾਕੜੀ ਨੂੰ ਵੀ, ਹੋਰ ਮਗਰੋਂ ਪਿੱਛਾ ਤਕਾ ਲਾਂਦੀ ਐ। ਜਮੀ ਹੱਦ ਕਰਦੀ ਆ, ਕਰਦੀ ਆ ਵੈਰ ਤਾਂ ਇਹ। ਮੈਨੂੰ ਪੁੱਤ ਸੱਚੀ ਸੱਚੀ ਗੱਲ ਦੱਸੀ ਹੁਣ। ਨਾ ਨਾ ਬੇਬੇ, ਕੋਈ ਗੱਲ ਨੀ ਹੈਗੀ, ਮੈਂ ਕੀ ਦੱਸਾਂ ਤੈਨੂੰ। ਪੁੱਤ ਅੱਖਾਂ ਤਾਂ ਤੇਰੀਆਂ ਐ ਲੱਗ ਰਹੀਆਂ ਜੀ, ਪਰ ਹੋ ਕੇ ਹਟੀ ਰਹੀਆਂ। ਨਾ ਨਾ ਬੇਬੇ, ਹੁਣ ਲੜ ਜਾ, ਮੈਂ ਕੁਰਸੀ ਚੱਕ ਲਿਆਵਾਂ, ਦਰਦ ਜੀ ਪੈ ਗਈ ਹੋਊਗੀ। ਅੱਛਾ, ਹੂੰ, ਉਹੀ ਲੱਗਦਾ ਚੱਲ। ਕੀ ਤੇਰੀ ਭਾਬੀ ਨੇ ਤਾਂ ਨਹੀਂ ਕੁਛ ਕਹਿਤਾ? ਨਾ ਬੇਬੇ, ਉਹਨੇ ਤਾਂ ਕੁਛ ਨਹੀਂ ਕਿਹਾ। ਹਾਂ ਜੱਸੂ, ਦੱਸ ਮੈਨੂੰ ਸਾਰੀ ਗੱਲ, ਕਿਹਨੇ ਕਿਹਾ ਤੈਨੂੰ ਪੀਣਾ ਕਰਨ? ਬਾਈ ਭਾਬੀ ਨੂੰ ਨਾ ਕੁਛ ਕਹੀਂ, ਦੱਸਤਾ ਮੈਂ ਤੈਨੂੰ ਦੰਨੀ ਆ। ਉਹ ਕਹਿੰਦੀ ਆ ਕਿ ਪੀਣਾ ਮੁੱਕਿਆ ਪਿਆਗਾ ਆਪਣਾ, ਹੱਥ ਨੂੰ ਆਟਾ ਹੈ ਨੀ, ਤੂੰ ਪੀਣਾ ਕਰ ਦੇ। ਹੁਣ ਤਾਂ ਮੈਂ ਨਹਾ ਧੋ ਲਈ ਸੀਗੀ, ਫਿਰ ਵੀ ਉਹ ਕਹਿੰਦੀ ਕੱਪੜੇ ਬਦਲ ਕੇ ਪੀਣਾ ਕਰ। ਕਿਉਂ ਮਾਂ, ਹੈ ਨਾ ਉਹੀ ਗੱਲ, ਪਿੱਛਾ ਤਕਾਉਂਦੀ ਆ ਬਾਅਦ ਚ ਪੂਰਾ। ਸਹੀ ਗੱਲ ਆ ਪੁੱਤ। ਹਾਂ ਕਰਦੀ ਆ ਬਹੁਤ, ਹਟੀ ਨਹੀਂ। ਦੇਖ ਲੈ ਪੁੱਤ, ਇਹਦੀ ਮਾਂ ਕਿੰਨਾ ਸਮਝਾ ਕੇ ਗਈ ਆ, ਕੰਨ ਤੇ ਜੂ ਨਹੀਂ ਸਰਕੀ ਇਹਦੇ, ਜਮਾ ਵੀ ਨਹੀਂ ਸਰਕੀ। ਬਾਈ ਕੰਮ ਕੁੰਮ ਦਾ ਤਾਂ ਮੈਨੂੰ ਕੋਈ ਨਹੀਂ, ਪਰ ਭਾਬੀ ਨੇ ਅੱਜ ਮੈਨੂੰ ਇਹ ਅਹਿਸਾਸ ਕਰਾਤਾ ਵੀ ਮੈਂ ਬਗਾਨੀ ਆ, ਤੁਹਾਡੇ ਵਾਸਤੇ ਆਪਦੀ ਨਹੀਂ ਹੈਗੀ, ਮੈਂ ਤੁਹਾਡੀ ਸਕੀ ਨਹੀਂ ਹੈਗੀ। ਨਾ ਪੁੱਤ। ਲੈ ਇਹ ਕਿਹੜੀ ਗੱਲ ਕਰਤੀ ਕਾਮਲੀ, ਇਹ ਤਾਂ ਮੈਂ ਤੈਨੂੰ ਸਕੀ ਭੈਣ ਨੂੰ ਵੱਧ ਸਮਝਦਾ। ਲੈ ਦੱਸ, ਕੋਈ ਨਹੀਂ ਕਰਦੇ ਆ ਗੱਲ ਉਹਦੇ ਨਾਲ, ਇਹਦਾ ਨਤੀਜਾ ਉਹਨੂੰ ਭੁਗਤਣਾ ਪਊਗਾ।
ਇਹ ਕਿਹੜੀ ਗੱਲ ਕਰਤੀ ਤੈਂ? ਕਰਦਾ ਗੱਲ ਮੈਂ। ਖਿੱਚ ਪਾਈ ਉਹਨੂੰ ਸਵਾਰ ਕੇ ਕੀ ਕਰਦੀ ਹੈਗੀ? ਬਸ ਫਿਰ ਸੀ ਹੋ ਗਿਆ। ਮਨਦੀਪ ਬਾਹਰ ਕਮਾਲ ਹੋਈ ਪਈ ਆ ਯਾਰ, 20 ਵਾਰ ਸਮਝਾ ਕੀ ਮੈਂ ਕਹਿੰਦਾ ਕਾਹਨੂੰ 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 ਨਾ ਬਈ ਉਹਨੂੰ ਕੁਛ ਨਾ ਕਹੀ ਮੈਨੂੰ ਇਹ ਗੱਲ ਦਾ ਜਵਾਬ ਦੇ। ਕੱਲ ਜਦੋਂ ਮੈਂ ਪੀਣਾ ਧਰ ਕੇ ਆਇਆ ਚੰਗਾ ਭਲਾ, ਅੱਜ ਤੂੰ ਫੇਰ ਲਾ ਰੱਖੀ ਜਵਾਕੜੀ ਦੁਪਹਿਰੇ 12 ਵਜੇ ਪੀਣਾ ਕਰਨਾ ਹੈ? ਇਹ ਗੱਲ ਕਿੱਧਰ ਨੂੰ ਗਈ? ਮੈਨੂੰ ਤਾਂ ਪਤਾ ਨਹੀਂ ਸੀ ਤੁਸੀਂ ਪੀਣਾ ਰੱਖ ਕੇ ਆਏ, ਮੈਂ ਕਿਹਾ ਕਿਤੇ ਮੱਝਾਂ ਦਾ ਦਾਣਾ ਰੱਖ ਕੇ ਆਏ, ਤਾਂ ਕਰਕੇ ਮੈਨੂੰ ਕਹਿਤਾ ਵੀ ਚੱਲ ਆਪਾਂ ਦੋਨੇ ਜਾਣੀਆਂ ਪੀਣਾ ਕਰ ਲੈਂਦੇ ਆ। ਦੋਨੇ ਜਾਣੀਆਂ? ਦੋਨੇ ਜਾਣੀ ਤੂੰ ਤਾਂ ਮੈਨੂੰ ਕਿਤੇ ਦਿਖੀ ਨਹੀਂ, ਤੂੰ ਤਾਂ ਆਰਾਮ ਨਾਲ ਏਸੀ ਛੱਡੀ ਪਈਆਂ ਹੈ, ਇਹ ਕੱਲੀ ਲਾ ਰੱਖੀ ਹੈ ਪੀਣਾ ਕਰਨਾ। ਨਾ ਜੇ ਕੱਲੀ ਨੇ ਵੀ ਕਰ ਲਿਆ ਫਿਰ ਕਿੱਡੀ ਕੁ ਗੱਲ ਹੋ ਗਈ, ਮੈਨੂੰ ਲੱਗਦਾ ਆ ਗਏ ਤੁਸੀਂ ਇਹਦੀਆਂ ਗੱਲਾਂ 'ਚ ਹੈ ਨਾ। ਗੱਲਾਂ 'ਚ ਉਹਨੂੰ ਮੈਂ ਇਹਦੀਆਂ ਗੱਲਾਂ ਕੀ ਸੁਣ ਲਈਆਂ ਹੈ? ਇਹ ਤਾਂ ਬੋਲੀ ਨਹੀਂ ਕੁਛ ਵਿਚਾਰੀ, ਇਹ ਤਾਂ ਰੋਈ ਜਾਂਦੀ ਉਦੋਂ ਦੀ। ਮੈਂ ਤਾਂ ਤੇਰੇ ਮੂੰਹ ਸੁਣਨਾ ਚਾਹੁੰਦਾ ਸੀ, ਤੇਰੀ ਮੈਂ ਸੱਚਾਈ ਸੁਣਦੀ ਬਸ ਮੈਨੂੰ ਪਤਾ ਲੱਗ ਗਿਆ। ਰੋਣ ਨੂੰ ਕਿਹੜਾ ਬੇਰ ਡੁੱਲੇ ਨੇ, ਫਿਰ ਰੋਣ ਵੀ ਹੋਈ ਲੱਗ ਗਈ। ਬਾਈ ਜਵਾਨ ਨਾ ਚਲਾ, ਮੈਂ ਤੂੰ ਦੱਸਾਂ ਮੂਹਰੇ। ਬਾਈ ਭਾਬੀ ਨੂੰ ਨਾ ਕੁਛ ਕਹਿ ਤੂੰ, ਭਾਬੀ ਮੈਨੂੰ ਕੰਮ ਦਾ ਕੋਈ ਦੁੱਖ ਨਹੀਂ, ਜਿੰਨਾ ਮਰਜ਼ੀ ਕਰਾਈ ਚੱਲ, ਪਰ ਜਿਹੜਾ ਤੂੰ ਬਗਾਨੇ ਕਹਿਣ ਵਾਲੀ ਗੱਲ ਕਰਤੀ ਉਹ ਤੇ ਮੈਨੂੰ ਬਹੁਤ ਗੁੱਸਾ ਆਇਆ, ਤਾਂ ਕਰਕੇ ਮੈਨੂੰ ਰੋਣਾ ਆ ਗਿਆ। ਕੋਈ ਨੀ ਪੁੱਤ ਚੁੱਪ ਕਰ। ਨਾ ਤੂੰ ਸਕਿਆ ਨਾ ਕੰਮ ਕੋਈ ਕੀਤਾ ਵੀ ਨਹੀਂ, ਜੇ ਬਗਾਨੀ ਸੀ ਤਾਂ ਹੀ ਤਾਂ ਇਹਦੇ ਉਂਗਲਾਂ ਲਾ ਕੇ ਮੇਰੇ ਗਾਲਾਂ ਪਵਾਤੀਆਂ। ਨਾ ਮੇਰੀ ਗੱਲ ਸੁਣ, ਤੂੰ ਬਗਾਨਾ ਮੇਰੇ ਸਾਹਮਣੇ 2-3 ਵਾਰੀ ਕਹਿਤਾ, ਮੈਂ ਤੈਨੂੰ ਕਿਹਾ ਸੀ ਵੀ ਇਹ ਚੀਜ਼ ਦਾ ਇਹਨੂੰ ਅਹਿਸਾਸ ਨਹੀਂ ਹੋਣਾ ਚਾਹੀਦਾ ਵੀ ਇਹ ਬਗਾਨੀ ਹੈ, ਠੀਕ ਹੈ? ਮੈਂ ਇਹਦੀ ਅੱਖ 'ਚ ਕਦੇ ਪਾਣੀ ਨਹੀਂ ਦੇਖਿਆ, ਤੂੰ ਅੱਜ ਇਹਨੂੰ ਰਵਾਤਾ ਜਾਂ ਨਿਕਲ ਜਾ ਮੇਰੇ ਘਰ। ਨਹੀਂ ਜਸਪ੍ਰੀਤ, ਮੈਂ ਤੇਰੀ ਕੋਈ ਗੱਲ ਨੀ ਸੁਣਨੀ, ਮੇਰੀ ਗੱਲ ਤਾਂ ਸੁਣ ਲੈ, ਮੇਰੇ ਕਰਕੇ ਤੁਹਾਡਾ ਘਰ ਨਾ ਖਰਾਬ ਹੋਵੇ, ਮੈਂ ਨੀ ਇਹ ਗੱਲ ਚਾਹੁੰਦੀ। ਆ ਜਾ ਹਾੜੇ, ਚੱਲ ਇੱਕ ਵਾਰੀ ਮੇਰੀ ਗੱਲ ਸੁਣ ਅੰਦਰ ਬੈਠੀ। ਬਾਈ ਤੂੰ ਮੇਰੇ ਕਰਕੇ ਭਾਬੀ ਨੂੰ ਮਾਫ ਕਰ ਦੇ ਹਾੜੇ, ਘਰੋਂ ਨਾ ਕੱਢ ਇਹਨੂੰ। ਮੇਰੀ ਗੱਲ ਸੁਣ ਲੈ ਜੱਸੂ, ਇਹਨੂੰ ਇਹਦੀ ਗਲਤੀ ਦੀ ਸਜ਼ਾ ਮਿਲੂਗੀ, ਇਹ ਮੈਂ ਇਹਨੂੰ ਦੱਸਤਾ। ਜਿਹੜੀ ਗਲਤੀ ਅੱਜ ਕਰੀ ਹੈ ਤਾਂ ਨਾ ਇਹਦਾ ਹੱਲ ਵੀ ਮੇਰੇ ਲਵੇ ਹੈਗਾ, ਤੂੰ ਬਗਾਨਾ ਕਹਿਣ ਇਹਨੂੰ ਬਗਾਨਾਪਣ ਵੀ ਦੂਰ ਕਰੂੰਗਾ ਮੈਂ। ਜਿਹੜੀ ਬੇਬੇ ਦੇ ਹਿੱਸੇ ਜ਼ਮੀਨ ਆ ਨਾ ਬੇਬੇ, ਆਪਾਂ ਜੱਸੂ ਦੇ ਨਾਂ ਕਰਾਉਣੀ ਆ। ਭਾਬੀ ਮੈਂ ਤੈਨੂੰ ਕਦੇ ਬਗਾਨਾ ਨੀ ਸਮਝਿਆ, ਤੂੰ ਮੇਰੇ ਨਾਲ ਇੰਨਾ ਫਰਕ ਕਿਉਂ ਕਰਦੀ ਆ? ਇੱਕ ਸੂਟ ਪਿੱਛੇ ਕੱਲ ਸੂਟ ਦੀ ਨੀ ਹੈਗੀ, ਮੈਨੂੰ ਲੱਗਦੀ ਨੀ ਇਹ ਆਪਣੀ। ਤੈਨੂੰ ਆਪਣੀ ਕਿਉਂ ਨੀ ਲੱਗਦੀ ਇਹ? ਕਿਉਂ, ਇਹ ਵੀ ਮਤੇਰ ਮਾਰ ਦਿੱਤੀ ਹੈ ਤਾਂ ਨੀ ਆਪਣੀ ਲੱਗਦੀ? ਇਹਨੇ ਬਗਾਨਾਪਣ ਕੀ ਦਿਖਾਇਆ ਵਿਚਾਰੀ ਨੇ, ਮੈਨੂੰ ਐਂ ਦੱਸ ਹੈਂ? ਕੋਈ ਅਸਲੀ ਰਿਸ਼ਤਾ ਹੁੰਦੀ ਫੋਨ ਦਾ ਰਿਸ਼ਤੀ ਨੀ ਹੁੰਦਾ, ਬਗਾਨੇ ਵੀ ਆਪਣੇ ਤੋਂ ਵੱਧ ਹੁੰਦੇ ਨੇ। ਸਹੀ ਗੱਲ ਹੈ ਪੁੱਤ, ਮਨਦੀਪ ਤੂੰ ਇੰਨਾ ਫਰਕ ਨਾ ਰੱਖਿਆ ਕਰ ਪੁੱਤ, ਇਹ ਵੀ ਆਪਣੀ ਹੋਈ ਹੈ। ਇਹ ਤਾਂ ਬੇਬੇ ਆਪਦੇ ਸਾਰੇ ਹੈ, ਜੇ ਤਾਂ ਪਿਆਰ ਨਾਲ ਰੱਖਾਂਗੇ ਆਪਾਂ ਬਗਾਨਾ ਵੀ ਆਪਣਾ ਬਣ ਜਾਂਦਾ, ਜੇ ਆਪਾਂ ਨਫ਼ਰਤ ਕਰਾਂਗੇ ਤਾਂ ਆਪਣਾ ਵੀ ਬਗਾਨਾ ਹੋ ਜਾਂਦਾ। ਸਹੀ ਗੱਲ ਹੈ, ਇਹ ਤਾਂ ਆਪਦੇ ਸਾਰੇ ਹੈ ਨਾ ਬੰਦੇ ਦੇ। ਹਾਂ ਮਨਦੀਪ ਮੇਰੀ ਗੱਲ ਸੁਣਦਾ,
ਜੇ ਤਾਂ ਇਹ ਘਰ ਚ ਰਹਿਣਾ ਫਿਰ ਤਾਂ ਜੱਸੂ ਨੂੰ ਆਪਣਾ ਬਣਾਉਣਾ ਪਊ, ਕੋਈ ਦਰਿਆ ਨਹੀਂ ਰੱਖਣੀ, ਠੀਕ ਆ ਨਾ? ਜੇ ਤੂੰ ਇਹਨੂੰ ਆਪਣਾ ਨਹੀਂ ਸਮਝਣਾ ਤੇ ਸਾਡੇ ਵਾਸਤੇ ਤੂੰ ਹੀ ਉਗਾਨੀ ਆ, ਜਾਂ ਭਾਜਾ ਚਾਰੇ ਰਾਹ ਮੁੱਕਲੇ ਨੇ, ਦਰਜਾ ਨਾ ਹੁਣ ਉੱਠ ਮੰਗੂ ਨੀਵੀਂ ਕਪਾ ਲਈ, ਦੇ ਕੋਈ ਜਵਾਬ ਹੈ। ਜੇ ਤਾਂ ਮੇਰੀਆਂ ਗੱਲਾਂ ਮਨਜ਼ੂਰ ਨੇ ਫਿਰ ਤਾਂ ਠੀਕ ਹੈ, ਨਹੀਂ ਮੈਂ ਲਾਡੀ ਨੂੰ ਫੋਨ ਕਰਦਾ, ਭਾਈ ਤੈਨੂੰ ਲੈ ਜਾਊ ਆ ਕੇ, ਗੱਲ ਖਤਮ ਬਸ। ਨਾ ਨਾ ਜੀ, ਮੇਰੇ ਤੋਂ ਗਲਤੀ ਹੋ ਗਈ, ਮੇਰੇ ਭਾਈ ਨੂੰ ਨਾ ਫੋਨ ਕਰਿਓ, ਮੈਂ ਤੁਹਾਡੇ ਤੋਂ ਮਾਫੀ ਮੰਗਦੀ ਹਾਂ। ਮਾਫੀ ਮੈਥੋਂ ਨਹੀਂ ਮੰਗਣੀ, ਮਾਫੀ ਇਹ ਤੋਂ ਮੰਗ ਜਿਹਦੇ ਨਾਲ ਤੂੰ ਦਰਿਆਤ ਰੱਖੀ ਅੱਜ ਤੱਕ। ਜਸਪ੍ਰੀਤ ਮੈਨੂੰ ਮਾਫ ਕਰ ਦੇ, ਹੁਣ ਮੈਂ ਤੇਰੇ ਨਾਲ ਕਦੇ ਕੋਈ ਫਰਕ ਨਹੀਂ ਰੱਖਦੀ। ਨਾ ਨਾ ਭਾਬੀ, ਮਾਫੀ ਨਾ ਮੰਗਾ, ਤੂੰ ਮੇਰੀਆਂ ਭੈਣਾਂ ਵਰਗੀ ਆ, ਕੋਈ ਵੱਡੇ ਮਾਫੀ ਨਹੀਂ ਮੰਗਦੇ ਹੁੰਦੇ, ਕੋਈ ਕੋਈ ਗੱਲ ਦੇਖ ਲੈ, ਹਜੇ ਵੀ ਤੇਰੀ ਇੱਜ਼ਤ ਰੱਖਦੀ ਆ। ਨਾ ਮੈਨੂੰ ਨਾ ਮੇਰੀ ਗਲਤੀ ਦਾ ਅਹਿਸਾਸ ਹੋ ਗਿਆ। ਹੋਰ ਯਾਰ ਵਧੀਆ, ਖੁਸ਼ ਰਹੋ ਸਾਰਾ ਪਰਿਵਾਰ, ਕਿੱਡਾ ਕੁ ਪਰਿਵਾਰ ਆ, ਪਿਆਰ ਨਾਲ ਰਿਹਾ ਕਰਾਂਗੇ ਭਾਬੀ, ਠੀਕ ਹੈ? ਠੀਕ, ਬਸ ਮੈਨੂੰ ਤਾਂ ਸਿਰਫ ਪਿਆਰ ਚਾਹੀਦਾ, ਤੁਹਾਡਾ ਹੋਰ ਕੁਝ ਨਹੀਂ ਚਾਹੀਦਾ। ਮੈਨੂੰ ਵੀ ਪਤਾ ਲੱਗ ਗਿਆ ਵੀ ਅਸਲੀ ਰਿਸ਼ਤੇ ਖੂਨ ਦੇ ਨਹੀਂ ਹੁੰਦੇ, ਕਈ ਵਾਰੀ ਨਾ ਬਗਾਨੇ ਵੀ ਆਪਣੇ ਹੁੰਦੇ। ਮੇਰੀ ਗੱਲ ਸੁਣੇ ਨੀ, ਕੱਲ ਨੂੰ ਬਗਾਨੇ ਘਰੇ ਚੱਲ ਜਾਣਾ ਹੈ, ਇਹਨੇ ਕਿਹੜਾ ਸਾਰੀ ਉਮਰ ਇੱਥੇ ਰਹਿਣਾ ਵਿਚਾਰੀ ਨੇ, ਕੋਈ ਦੇਖ ਕੇ ਵਧੀਆ ਘਰ ਆਪਾਂ ਵਧੀਆ ਪਰਿਵਾਰ ਦੇਖ ਕੇ ਵਿਆਹ ਕਰ ਦਿਆਂਗੇ ਕਿ ਨਹੀਂ ਬੇਬੇ? ਠੀਕ ਹੈ ਪੁੱਤ। ਹੋਰ? ਹਾਂਜੀ, ਇਹਦਾ ਵਿਆਹ ਨਾ ਆਪਾਂ ਬਹੁਤ ਵਧੀਆ ਕਰਾਂਗੇ। ਹਾਂ ਠੀਕ ਹੈ, ਹੋਰ ਐ ਰਿਹਾ ਕਰੋ ਰਲ ਕੇ ਵਧੀਆ, ਦੇਖ ਕਿੰਨੇ ਸੋਹਣੇ ਲੱਗਦੇ ਹੋ, ਮੇਰੀ ਵੀ ਜਾਣ ਸੌਖੀ। ਹਾਂਜੀ ਬਾਈ ਜੀ, ਸਤਿ ਸ੍ਰੀ ਅਕਾਲ, ਸਲਾਮ ਅਦਾਬ ਨਮਸਕਾਰ, ਤੁਸੀਂ ਜੁੜੇ ਸਾਂਝੇ ਪਰਿਵਾਰ ਦੇ ਨਾਲ, ਹੁਣ ਵਾਰੀ ਹੈ ਕਮੈਂਟ ਕਰਨ ਵਾਲੇ ਵੀਰਾਂ ਦੀ। ਰਾਜਕੁਮਾਰ, ਗੁਰਬਖਸ਼ ਕੌਰ, ਨਵਜੋਤ ਕੌਰ, ਬਰਿੰਦਰ ਸਿੱਧੂ, ਹਰਨੇਕ ਸਿੰਘ, ਹਰਪ੍ਰੀਤ ਸ਼ਰਮਾ, ਪ੍ਰਵਾਸ ਸ਼ਾਹ, ਰਾਜਦੀਪ ਸਿੰਘ, ਹਰਕੇਵਲ ਸੰਧੂ, ਗੁਰਵਿੰਦਰ ਬਰਾੜ, ਬੇਅੰਤ ਸਿੰਘ, ਨਾਜ਼ੀਆ ਸ਼ੇਖ, ਅਭੀ ਵਰਮਾ, ਹਰਪ੍ਰੀਤ ਸਿੰਘ, ਪਲਵਿੰਦਰ ਕੌਰ, ਭਜਨ ਕੌਰ, ਹੈਪੀ ਜੋਸ਼ੀ, ਪੁਸ਼ਪਿੰਦਰ ਕੌਰ, ਮਨਵੀਰ ਸਿੰਘ, ਜੈਸ ਔਲਖ, ਦਲਜੀਤ ਕੌਰ, ਜਸਵੀਰ ਕੌਰ, ਰਜਿੰਦਰ ਸਿੰਘ ਹੰਗੂਰਾ, ਸਵਰਨ ਸਿੰਘ ਭਾਟੀਆ, ਤਜਿੰਦਰ ਸਿੰਘ, ਰੋਮੀ ਧਾਲੀਵਾਲ, ਚੰਨੀ ਵਰਮਾ, ਮਧੂ ਸਵਰਵਾਲ। ਸਾਰੇ ਵੀਰ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ, ਜੁੜੇ ਰਹੋ ਇਸੇ ਤਰ੍ਹਾਂ ਸਾਂਝੇ ਪਰਿਵਾਰ ਦੇ ਨਾਲ, ਲਾਈਕ ਸ਼ੇਅਰ ਕਮੈਂਟ ਕਰਦੇ ਰਹੋ, ਸੋਹਣੇ ਸੋਹਣੇ ਮਿਲਦੇ ਹਾਂ ਅਗਲੀ ਵੀਡੀਓ ਚ, ਧੰਨਵਾਦ ਜੀ।